ਧਾਰ ਸਿੰਘ ਆਪਣੇ ਉਸ ਸਮੇਂ ਤੋਂ ਲਾ ਕੇ ਹੁਣ ਤੱਕ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਪ੍ਰਾਪਤ ਕੀਤਾ। ਬਾਕੀ 9 ਵਜੇ ਤੱਕ ਆਪਣੇ ਪਾਸ ਹੋਰ ਸਮਾਂ ਹੈ, ਉਸਨੂੰ ਵੀ ਸਫਲਾ ਕਰਨ ਦੀ ਖੇਚਲ ਕਰੋ। ਇਹ ਤਦੇ ਹੋ ਸਕਦਾ ਹੈ ਜੇਕਰ ਬੱਚਿਆਂ ਵਾਲੀਆਂ ਬੀਬੀਆਂ ਪਹਿਲੇ ਹੀ ਪਿੱਛੇ ਚਲੇ ਜਾਣ ਦੀ ਖੇਚਲ ਕਰ, ਕਿਉਂਕਿ ਬੱਚੇ ਦਾ ਸੁਭਾਅ ਹੁੰਦਾ, ਇਸਨੂੰ ਸਮਝ ਨਹੀਂ ਹੁੰਦੀ, ਰੋਂਦਾ, ਰਿਹਾੜ ਕਰਦਾ ਜਾਂ ਕੁਛ ਹੋਰ ਹੱਟ ਕਰਦਾ ਹੈ। ਜੇਕਰ ਪਿੱਛੇ ਬੈਠਾ ਹੋਵੇ ਬੀਬੀ ਉਸਨੂੰ ਝੱਟ ਹੀ ਬਾਹਰ ਲਿਜਾ ਕੇ ਚੁੱਪ ਕਰਾ ਸਕਦੀ ਹੈ। ਉਹਦੇ ਰੋਣ ਧੋਣ ਕਰਕੇ, ਬੋਲਣ ਕਰਕੇ ਜਿਹੜੀ ਹੋਰ ਸੰਗਤ ਨੂੰ ਵਿਘਨ ਪੈਣਾ ਹੈ ਉਸ ਤੋਂ ਬਚਾ ਹੋ ਜਾਂਦਾ ਹੈ। ਸੰਗਤ ਉਸੇ ਰੰਗ ਵਿੱਚ ਬੈਠੀ ਰਹਿੰਦੀ ਹੈ। ਅਗਰ ਵਿੱਚੋਂ ਵਿਚਾਲੇ ਉੱਠਣਾ ਪਵੇ, ਤੁਸੀਂ ਆਪਣੇ ਆਪ ਹੀ ਸਮਝ ਲਓ ਕਿਤਨਾ ਦੁੱਖ ਹੈ। ਪਹਿਲ 'ਤੇ ਉੱਠਣ ਕਰਕੇ ਕਈ ਵਾਰ ਐਸਾ ਹੋ ਸਕਦਾ ਬੱਚੇ ਸਮੇਤ ਬੀਬੀ ਗਿਰ ਜਾਏ, ਉਹਦੇ ਸੱਟ ਲੱਗੇ, ਬੱਚੇ ਦੇ ਸੱਟ ਲੱਗੇ, ਹੋਰ ਜਿਹਦੇ ਉੱਪਰ ਡਿੱਗੇ ਉਸਦੇ ਸੱਟ ਲੱਗੇ, ਫਿਰ ਕਿਤਨਾ ਰੌਲਾ ਪੈਂਦਾ ਹੈ। ਸੰਗਤ ਦਾ ਸਭ ਦਾ ਖਿਆਲ ਟੁੱਟ ਕੇ ਦੂਸਰੇ ਪਾਸੇ ਜਾਂਦਾ ਹੈ, ਜਿਸ ਤਰ੍ਹਾਂ ਆਨੰਦ ਵਿੱਚ ਬੈਠੇ ਹੁੰਦੇ ਨੇ ਉਸ ਆਨੰਦ ਵਿੱਚ ਭੰਗ ਪੈਂਦਾ ਹੈ। ਉਹਦਾ ਪਾਪ, ਉਹਦਾ ਦੋਸ਼ ਇਹ ਕਿਸ ਨੂੰ ਲੱਗੇਗਾ? ਉਸਦੀ ਪਾਗਣ ਉਹੀ ਬੀਬੀ ਹੋਵੇਗੀ ਜਿਹੜੀ ਐਸਾ ਨਾ ਕਰੇਗੀ ਜਿਵੇਂ ਦੱਸਿਆ ਜਾਂਦਾ। ਤਾਂ ਤਾਂ ਪਹਿਲੇ ਹੀ ਪਿੱਛੇ ਬੈਠ ਜਾਣਾ ਚਾਹੀਦਾ। ਬਾਕੀ ਕੁਛ ਪ੍ਰੇਮੀ ਸੇਵਾ ਵਾਸਤੇ ਸਿਆਣੇ ਪੁਰਸ਼ ਖੜ੍ਹੇ ਹੋ ਜਾਣੇ ਚਾਹੀਦੇ ਹਨ ਤਾਂ ਕਿ ਇਹਨਾਂ ਨੂੰ ਚੁੱਪ ਕਰਾ ਸਕਣ ਔਰ ਜਿਤਨਾ ਜਥਾ ਯੋਗ ਇੰਤਜ਼ਾਮ ਹੈ ਉਹ ਕਰ ਸਕਣ। ਔਰ ਹੁਣ ਸ਼ਬਦ ਵਿੱਚ ਬੋਲਿਆ ਕਰੋ, ਰਸਨਾ ਦੀ ਸਫਲਤਾ ਹਰੀ ਜਸ ਕੀਤਿਆਂ ਹੈ, ਪੈਰਾਂ ਦੀ ਸਫਲਤਾ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ ਹੈ। ਕਿਉਂਕਿ ਇਹ ਕਥਨ ਕੀਤਾ ਜਿਸ ਵਕਤ ਇਹਦੇ ਚਿੱਤ ਵਿੱਚ ਖਿਆਲ ਪੈਦਾ ਹੁੰਦਾ ਜਾਣਾ ਗੁਰੂ ਕੇ ਦਰਬਾਰ ਨੂੰ ਜਾਂ ਮਹਾਂਪੁਰਖਾਂ ਵੱਲ, ਉਸ ਮੌਕੇ 'ਤੇ ਹੀ ਪੁੰਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਖਿਆਲਾਤ ਸੱਚ ਔਰ ਸਤਸੰਗਮਈ ਹੋ ਜਾਂਦੇ ਹਨ। ਗੁਰੂ ਕੇ ਦਰਬਾਰ ਵੱਲ ਕਦਮ ਉਠਾਈਂਦਾ ਜਾਂ ਮੋਟਰ ਆਦਿ ਚੱਲ ਕੇ ਆਈਂਦਾ ਤਾਂ ਦਸ਼ਰ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ ਮਿਲਦਾ। ਗੁਰੂ ਕੇ ਦਰਸ਼ਨ ਕੀਤਿਆਂ ਬਿਆਨ ਜਨਮਾਂ ਦੀ ਪਾਪਾਂ ਨੂੰ ਵੀ ਮੈਲ ਦੀ ਨਿਵਿਰਤੀ ਓ ਹੁੰਦੀ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਿਆਂ ਉਸਦੀ ਮੈਲ ਦੂਰ ਹੋਇਆ ਕਰਦੀ ਹੈ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇ ਕਿਉਂ ਸਿੱਧੇ ਹੁੰਦੇ ਹਨ, ਜਿਵੇਂ ਮੋਹਰਾਂ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਹਨ। ਸਿਆਹੀ ਲਗਾ ਕੇ ਉਲਟਾ ਕੇ ਮੋਹਰ ਨੂੰ ਕਾਗਜ਼ 'ਤੇ ਲਗਾਇਆ ਜਾਏ ਉਹ ਸਿੱਧੇ ਹੋ ਜਾਂਦੇ ਹਨ। ਗੁਰਬਾਣੀ ਪੜ੍ਹਨੀ ਸੁਣਨੀ ਵਿਚਾਰਨੀ ਇਹਦਾ ਤਾਂ ਕਰੋੜਾਂ ਯੱਗਾਂ ਦਾ ਫਲ ਹੈ। ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਨਾਮ। ਅਤੇ ਆਓ ਰਸਨਾ ਦੁਆਰਾ ਸ਼ਬਦ ਵਿੱਚ ਬੋਲਿਆ ਕਰੋ, ਕੰਨਾਂ ਨੂੰ ਸੁਣਨ ਵਿੱਚ ਲਗਾ ਰੱਖੋ, ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰੋਂ ਉੱਧਰ ਨਾ ਜਾਣ ਦਿਓ, ਬੁੱਧ ਨਾਲ ਵਿਚਾਰ ਕਰਨੀ ਜਾਵੋ, ਜਿਉਂ ਮਨ ਟਿਕੇਗਾ ਇਕਾਗਰ ਹੋਏਗਾ।
ਇਹੋ ਜਿਹੀ ਇਕਾਗਰਤਾ ਦਾ ਇੱਕ ਇੱਕ ਛਿੰਨ ਕਰੋੜ ਕਰੋੜ ਅਸਮੇਧ ਜਗ ਦਾ ਫਲ ਰੱਖਦਾ ਹੈ। ਇਉਂ ਇਤਨਾ ਲਾਭ ਵੀ ਪ੍ਰਾਪਤ ਕਰੋ ਔਰ ਜਦੋਂ ਮਨ ਟਿਕਦਾ ਹੈ ਸ਼ਾਂਤ ਔਰ ਸੁਖੀ ਹੁੰਦਾ ਹੈ। ਮਨ ਦੁਨੀਆਂ ਦੇ ਧੰਦਿਆਂ ਵਿੱਚ ਲੱਗ ਕੇ ਦੁਖੀ ਹੋ ਜਾਂਦਾ ਹੈ, ਖਿੰਡ ਜਾਂਦਾ ਹੈ, ਮਹਿਲਾ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ। ਇਹ ਚਾਹੁੰਦਾ ਹੈ ਸ਼ਾਂਤੀ ਅਤੇ ਸੁੱਖ। ਸ਼ਾਂਤੀ ਸੁੱਖ ਹਰੀ ਜਸ ਵਿੱਚ ਹੀ ਹੈ, ਉਹ ਸਤਸੰਗ ਵਿੱਚ ਪ੍ਰਾਪਤ ਹੁੰਦਾ ਹੈ। ਤਾਂ ਤਾਂ ਇਸ ਸਮੇਂ ਤੋਂ ਪੂਰਾ ਪੂਰਾ ਲਾਭ ਉਠਾਓ ਸ਼ਬਦ ਵਿੱਚ ਸਾਰੇ ਪ੍ਰੇਮੀ ਬੋਲਣ ਦੀ ਖੇਚਲ ਕਰਿਆ ਕਰੋ। ਤਿੰਨ ਹਿੱਸਿਆਂ ਵਿੱਚ ਪਹਿਲੇ ਦਾਸ ਬੋਲਿਆ ਕਰੇ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਬੋਲੋ। ਕੋਈ ਜ਼ਬਾਨ ਐਸੀ ਨਾ ਹੋਵੇ ਜੋ ਖਾਲੀ ਰਹਿ ਜਾਏ। ਤੂੰ ਮੇਰੇ ਪ੍ਰਾਣੀ ਅਧਾਰੇ ਪਰਬ ਜੀ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ, ਤੂੰ ਮੇਰੇ ਪ੍ਰਾਣੀ ਅਧਾਰੇ, ਮੇਰੇ ਪ੍ਰਾਣ ਮੇਰੇ ਪ੍ਰਾਣ।
ਸ਼ਬਦ ਬੰਦਨਾ ਅਨਕ ਵਾਰ ਜਉ ਵਾਰੇ ਉਠਤ ਬੈਠਤ ਸੋਵਤ ਜਾਗਤ ਏ ਮਨ ਤੁਝੇ ਪਿਤਾਰੇ ਸੁਖ ਦੁਖ ਕਿਸ ਮਨ ਕੀ ਬਿਰਥਾ ਤੁਧ ਹੀ ਆਗੇ ਸਾਰੇ ਮੇਰੇ ਪ੍ਰਾਣੀ ਅਧਾਰੇ ਪਰਮ ਜੀ ਮੇਰੇ ਪ੍ਰਾਣੀ ਅਧਾਰੇ Yeah.
ਸੰਗਤ ਖਿਆਲਾਂ ਨੂੰ ਬਾਹਰੋਂ ਰੋਕੋ, ਆਪਣੇ ਖਿਆਲ ਨੂੰ ਹਰੀ ਜਾਂ ਸੁਣਨ ਵਾਸਤੇ ਪੂਰਾ ਪੂਰਾ ਤਿਆਰ ਕਰੋ। ਕੱਲ੍ਹ ਵਾਲਾ ਪ੍ਰਸੰਗ ਆਪਨੇ ਸੁਣਿਆ, ਗੁਰੂ ਬਾਬਾ ਜੀ ਤੋਂ ਸਿੱਖ ਨੇ ਪੁੱਛਿਆ ਸੀ ਗਰੀਬ ਨਵਾਜ਼, ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਅਤੇ ਉਹਨਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ ਹੈ। ਆਪ ਜੀ ਨੇ ਜੁਗਤੀ ਦੁਆਰਾ ਫਰਮਾਇਆ ਸੀ, ਜਿਵੇਂ ਕਾਗ ਤੋਂ ਬਗਲਾ, ਬਗਲੇ ਤੋਂ ਹੰਸ, ਹੰਸ ਤੋਂ ਦੇਵਤਾ ਬਣ ਕੇ ਬੈਕੁੰਠਨ ਹੋ ਜਾਂਦਾ ਹੈ, ਇਸੀ ਤਰ੍ਹਾਂ ਹੀ ਸੰਤਾਂ ਦੀ ਸੰਗਤ ਸੇਵਾ ਕਰਦਾ ਹੋਇਆ ਉਸ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ। ਉਸਦਾ ਪ੍ਰਮਾਣ ਵੀ ਕੋਈ ਗਿਆ ਹੋਵੇ ਇਸ ਤਰੀਕੇ ਸਿਰ, ਇਹ ਅਵਸਥਾ ਕਿਸੇ ਨੂੰ ਪ੍ਰਾਪਤ ਹੋਈ ਹੋਵੇ, ਸਾਰਿਆਂ ਨੂੰ ਇਸੀ ਤਰ੍ਹਾਂ ਹੀ ਅਵਸਥਾਵਾਂ ਪ੍ਰਾਪਤ ਹੋਈਆਂ ਨੇ। ਸੱਜਣ ਠੱਗ ਨੂੰ, ਟੋਡੇ ਰਾਕਸ਼ ਨੂੰ, ਭੂਮੀਏ ਚੋਰ ਨੂੰ, ਬਾਲਮੀਕ ਲੁਟੇਰੇ ਨੂੰ, ਡਾਕੂ ਨੂੰ, ਔਰ ਅਜਾਮਲ ਪਾਪੀ ਨੂੰ ਕਿਹਦੀ ਕਿਹਦੀ ਗਿਣਤੀ ਕੀਤੀ ਜਾਵੇ। ਇਸੀ ਤਰ੍ਹਾਂ ਗਨਕਾ ਦਾ ਪ੍ਰਸੰਗ, ਗਨਕਾ ਪਾਪਣ ਹੋਏ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖੀ ਅਚਾਨਚੱਕ ਗਨਕਾ ਵਾੜੇ ਆਏ ਖਰੋਤਾ। ਗਨਕਾ ਦਾ ਪ੍ਰਸੰਗ ਚੱਲੇ, ਗਨਕਾ ਦਾ ਵੀ ਇਸੀ ਤਰ੍ਹਾਂ ਉਧਾਰ ਹੋਇਆ। ਹਾਂ, ਗਨਕਾ ਸ਼ਹਿਰ 'ਚ ਰਹਿੰਦੀ ਹੈ, ਬੇਅੰਤ ਪਾਪਾਂ ਵਿੱਚ ਉਹਦੀ ਜ਼ਿੰਦਗੀ ਗੁਜ਼ਰ ਰਹੀ ਹੈ, ਚਿੱਤ ਵਿੱਚ ਡਰ ਵੀ ਹੈ, ਭੈ ਵੀ ਹੈ। ਸਾਸਨ ਭਗਤੀ ਜਾਂ ਡਰ ਨਾਲ ਹੁੰਦੀ ਹੈ ਜਾਂ ਪ੍ਰੇਮ ਨਾਲ ਹੁੰਦੀ ਹੈ। ਪ੍ਰੇਮ ਦੀ ਅਵਸਥਾ ਤਾਂ ਪ੍ਰਹਿਲਾਦ ਦੀ ਸੁਣੀ ਹੋਣੀ ਹੈ, ਪ੍ਰੇਮ ਦੀ ਅਵਸਥਾ ਦੇ ਵਿੱਚ ਕਿਤਨੀਆਂ ਤਕਲੀਫਾਂ ਦਿੱਤੀਆਂ ਗਈਆਂ, ਲੇਕਿਨ ਉਹ ਆਪਣੇ ਇਰਾਦੇ 'ਤੇ ਪਹਾੜ ਵਾਂਗ ਅਚੱਲ ਰਹੇ। ਅਖੀਰ ਪ੍ਰਭੂ ਵਾਹਿਗੁਰੂ ਨੇ ਨਰਸਿੰਘ ਰੂਪ ਧਾਰ ਕੇ ਹਰਨਾਕਸ਼ ਦਾ ਵਿਧੰਸ਼ ਕੀਤਾ, ਉਹਦੀ ਥਾਂ ਥਾਂ ਰਕਸ਼ਾ ਹੋਈ। ਔਰ ਤੈਅ ਹੁੰਦਾ ਹੈ ਨਰਕਾਂ ਦਾ, ਜਮਾਂ ਦਾ, 84 ਦਾ। ਜਿਹੜੇ ਵਾਹਿਗੁਰੂ ਦੀ ਭਗਤੀ ਨਹੀਂ ਕਰਦੇ, ਬੁਰਾਈਆਂ ਵਿੱਚ ਲੱਗੇ ਰਹਿੰਦੇ, ਉਹਨਾਂ ਵਾਸਤੇ ਇਹ ਜ਼ਰੂਰੀ ਹੈ। ਸੋ ਇਸ ਵਾਸਤੇ ਇਹਦੇ ਚਿੱਤ ਵਿੱਚ ਜਮਾਂ ਨਰਕਾਂ 84 ਦਾ ਭੈ ਪ੍ਰਾਪਤ ਹੋਇਆ, ਜਿਸ ਕਰਕੇ ਇਹਦੇ ਚਿੱਤ ਵਿੱਚ ਭਗਤੀ ਦਾ ਸ਼ੌਕ ਸੀ, ਪਰ ਆਪਣੇ ਆਪ ਕੁਛ ਕਰ ਨਹੀਂ ਸੀ ਸਕਦੀ। ਸਮਾਂ ਆਉਣ 'ਤੇ ਜਿਵੇਂ ਕਿਸੇ ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਮੌਸਮ ਆਉਣ ਪਰ ਔਰ ਉਸਨੂੰ ਪਾਣੀ ਆ ਜਾਣ ਪਰ ਜਾਂ ਬਾਰਿਸ਼ ਹੋ ਜਾਣ ਪਰ ਉਹ ਉੱਗਿਆ ਕਰਦਾ ਹੈ, ਇਸੀ ਤਰ੍ਹਾਂ ਜਿਸਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੈ, ਉਹ ਵੀ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਦੋਂ ਇਹੋ ਜਿਹਾ ਸਮਾਂ ਆਉਂਦਾ ਹੈ ਤਾਂ ਮਹਾਂਪੁਰਖ ਦਾ ਮਿਲਾਪ ਹੁੰਦਾ ਹੈ। ਸੋ ਇਹ ਸਤਸੰਗ ਰੂਪੀ ਵਰਖਾ ਹੋ ਕੇ ਉਹ ਬੀਜ ਉੱਗ ਪੈਂਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਹੱਥੋਂ ਦੇ ਸੰਤਾਂ ਨੇ ਤੋਤਾ ਗਨਕਾ ਪਾਪਣ ਤਾਰੀ, ਆਹ
ਸ਼ਹਿਰ ਤੋਂ ਬਾਹਰ ਇੱਕ ਮਹਾਂਪੁਰਸ਼ ਮਹਾਤਮਾ ਰਹਿੰਦੇ ਹਨ। ਸੰਤਾਂ ਦੀ ਮਹਿਮਾ ਗੁਰਬਾਣੀ ਵਿੱਚ ਗੁਰੂ ਜੀ ਨੇ ਬਹੁਤ ਕੀਤੀ ਹੈ। ਇੱਕ ਦਫਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਕੁਛ ਪ੍ਰੇਮੀ ਆਏ, ਨਮਸਕਾਰ ਕੀਤੀ, ਬੈਠ ਗਏ। ਸਤਪੁਰਸ਼ਾਂ ਦੇ ਪਾਸ ਆ ਕੇ ਲਾਭ ਉਠਾਉਣ ਵਾਲੇ ਕੋਈ ਕੋਈ ਪ੍ਰੇਮੀ ਹੁੰਦੇ ਹਨ, ਜਿਹੜੇ ਕੋਈ ਪਰਮਾਰਥਕ ਬਚਨ ਪੁੱਛ ਕੇ ਆਪਣੇ ਮਨ ਦੇ ਸੰਸੇ ਦੂਰ ਕਰਕੇ ਪ੍ਰਭੂ ਵੱਲ ਪ੍ਰੇਮ ਪੈਦਾ ਕਰਦੇ ਹਨ। ਕਈ ਲੋਕ ਤਾਂ ਆਪਣਾ ਵੀ ਵਕਤ ਖਰਾਬ ਕਰਦੇ ਹਨ, ਸਤਪੁਰਸ਼ਾਂ ਦਾ ਵਕਤ ਵੀ ਖਰਾਬ ਕਰ ਜਾਂਦੇ ਹਨ। ਸੋ ਉਹ ਪ੍ਰੇਮੀ ਆਏ, ਇੱਕ ਨੇ ਗੱਲ ਛੇੜੀ, ਫਲਾਣਾ ਸ਼ਾਹੂਕਾਰ ਹੈ, ਉਸਦੇ ਪਾਸ 50 ਲੱਖ ਰੁਪਇਆ। ਦੂਜਾ ਪਾਸ ਬੈਠਾ ਬੋਲਿਆ, ਕੀ ਹੁੰਦਾ 50 ਲੱਖ? ਮੈਂ ਫਲਾਣੇ ਦੇ ਮਕਾਨ 'ਤੇ ਇੱਕ ਝੰਡੀ ਦੇਖੀ। ਪਹਿਲੇ ਸਮੇਂ ਦੇ ਵਿੱਚ ਸਾਡੇ ਭਾਰਤ ਵਰਸ਼ ਵਿੱਚ ਰਿਵਾਜ਼ ਸੀ, ਜਿਸਦੇ ਪਾਸ 1 ਕਰੋੜ ਰੁਪਇਆ ਕੈਸ਼ ਹੁੰਦਾ, ਉਹ ਆਪਣੇ ਮਕਾਨ 'ਤੇ ਇੱਕ ਝੰਡੀ ਲਾ ਦਿੰਦੇ, ਜਿਹਨੂੰ ਕਹਿੰਦੇ ਤੁਜਾਧਾਰੀ ਮੰਨਿਆ ਜਾਂਦਾ ਸੀ। ਕਹਿੰਦੇ ਫਲਾਣੇ ਦੇ ਮਕਾਨ 'ਤੇ ਮੈਂ ਇੱਕ ਝੰਡੀ ਦੇਖੀ, ਇਹਨੇ ਇੱਕ ਤੁਜ ਦੇਖੀ, ਉਹਦੇ ਪਾਸ 1 ਕਰੋੜ ਰੁਪਇਆ ਕੈਸ਼। ਤੀਜਾ ਬੋਲ ਉੱਠਿਆ, ਕੀ ਹੁੰਦੀ ਇੱਕ ਝੰਡੀ? ਮੈਂ ਫਲਾਣੇ ਦੇ ਮਕਾਨ 'ਤੇ 3 ਝੰਡੀਆਂ ਵੇਖੀ, ਉਹਦੇ ਪਾਸ 3 ਕਰੋੜ। ਇੱਕ ਪਾਸ ਬੋਲ ਉੱਠਿਆ, 3 ਝੰਡੀਆਂ ਕੀ? ਮੈਂ ਫਲਾਣੇ ਦੇ ਮਕਾਨ 'ਤੇ 7 ਵੇਖੀਆਂ, ਜਿਵੇਂ ਦੁਨੀ ਚੰਦ ਦੇ ਮਕਾਨ 'ਤੇ ਸੀ। ਸੋ ਇੰਨੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਸੋਚਿਆ, ਇਹ ਆਏ ਹਨ ਕੁਛ ਲਾਭ ਉਠਾਉਣ। ਲਾਭ ਤਾਂ ਇਹਨਾਂ ਕੀ ਉਠਾਉਣਾ? ਸਤਪੁਰਸ਼ਾਂ ਦੇ ਪਾਸ ਆ ਕੇ ਮੋਹ ਮਾਇਆ ਅਤੇ ਉੱਚਾ ਹੋਣ ਦੇ ਵਾਸਤੇ ਕੋਈ ਪਰਮਾਰਥਕ ਬਚਨ ਕਰਨੇ ਚਾਹੀਦੇ ਹਨ, ਪਰ ਇਹ ਲੋਕ ਤਾਂ ਇੱਥੇ ਆ ਕੇ ਵੀ ਉਸੀ ਮਾਇਆ ਦੀਆਂ ਗੱਲਾਂ ਛੇੜ ਬੈਠੇ, ਜਿਸ ਤੋਂ ਉੱਚਾ ਹੋ ਕੇ ਇਸਨੇ ਪਰਮ ਪਦਵੀ ਨੂੰ ਪ੍ਰਾਪਤ ਹੋਣਾ। ਸੋ ਗੁਰੂ ਜੀ ਉਹਨਾਂ ਨੂੰ ਕਹਿੰਦੇ, ਭਾਈ ਤੁਹਾਨੂੰ ਸ਼ਾਹੂਕਾਰ ਚੰਗੇ ਲੱਗਦੇ ਹਨ? ਕਹਿਣਗੇ ਹਾਂ ਮਹਾਰਾਜ। ਕਹਿਣਗੇ ਫਿਰ ਅਸੀਂ ਦੱਸੀਏ ਸਾਡੇ ਮਤ ਅਨੁਸਾਰ ਸ਼ਾਹੂਕਾਰ ਕਿਹਨਾਂ ਨੂੰ ਕਹਿੰਦੇ ਹਨ? ਹਾਂ ਮਹਾਰਾਜ, ਕਿਰਪਾ ਕਰੋ। ਉਹਨਾਂ ਨੇ ਕਿਹਾ, ਗੁਰੂ ਜੀ ਨੇ ਉਸ ਮੌਕੇ ਇੱਕ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਦੱਸਿਆ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰਤਨ ਹਰਨਾਮਾ, ਰਵਾਣ ਗਣੀ ਸਹੀ ਏ ਆਏ ਸਫਲ ਤਿਨਾ ਕੇ ਕਾਂ, ਭਾਗ ਠੜਨਾ ਸ਼ਾਹੂਕਾਰ ਦਾ। ਹੇ ਵਾਹਿਗੁਰੂ, ਸ਼ਾਹੂਕਾਰ ਤਾਂ ਤੇਰੇ ਸੰਤ ਹਨ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ੁਰ ਦਾ ਭਜਨ ਰੂਪੀ ਧਨ ਜਮਾ ਹੈ। ਉਹਨਾਂ ਦਾ ਆਉਣਾ ਹੀ ਸੰਸਾਰ 'ਤੇ ਪ੍ਰਵਾਨਿਕ ਹੈ, ਪਰਉਪਕਾਰ ਆਦਿ ਉਹਨਾਂ ਦੇ ਕੰਮ ਵੀ ਜਿਹੜੇ ਹਨ ਉਹ ਵੀ ਸਫਲੇ ਹਨ। ਇਉਂ ਗੁਰੂ ਜੀ ਉਹਨਾਂ ਨੂੰ ਸੰਬੋਧਨ ਕਰਕੇ ਕਹਿੰਦੇ ਹਨ। ਥੋੜ੍ਹਾ ਜਿਹਾ ਵਾਹਿਗੁਰੂ ਪਾਗ ਠੜੇ ਹਰ ਸੰਤ ਕੁਮਾਰ, ਆਹ
ਸਨਮੁਖ ਬੇਨਤੀ ਕਰਦੇ ਗੁਰੂ ਜੀ ਇਉਂ ਕਹਿੰਦੇ ਹਨ, ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰਜਨ ਕੇ ਹਮ ਬਲ ਜਾਈ, ਕੇਸਾਂ ਕਾ ਕਰ ਚਮਰ ਢੁਲਾਮ ਚਰਨ ਧੂੜ ਮੁਖ ਲਾਈ, ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਦੋ ਕਿਸਮ ਦੀ ਬਾਦਸ਼ਾਹੀ ਹੁੰਦੀ, ਝੂਠੀ ਇੱਕ ਸੱਚੀ। ਝੂਠੀ ਬਾਦਸ਼ਾਹੀ ਉਹ ਹੈ ਜਿਹੜੀ ਬਿਨਸ ਜਾਣ ਵਾਲੀ ਹੈ, ਸਮਾਂ ਪਾ ਕੇ ਮ੍ਰਿਤੂ ਆ ਗਈ ਜਾਂ ਕਿਸੇ ਤਰੀਕੇ ਸਿਰ ਖੁਸ ਗਈ, ਉਹ ਨਾਸ਼ਵਾਨ ਬਾਦਸ਼ਾਹੀ ਹੈ। ਬਿਨਸਨ ਵਾਲੀ ਬਾਦਸ਼ਾਹੀ ਆਪਣੀ ਬਾਦਸ਼ਾਹੀ ਇਹੋ ਜਿਹੀ ਹੈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਹਜ਼ਰਤ ਈਸਾ ਕਹਿੰਦਾ ਹੈ, ਹਰ ਇਨਸਾਨ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਜਿਸਨੇ ਪ੍ਰਭੂ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਲੱਭ ਲਿਆ, ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਹੋਰ ਪਾਤਸ਼ਾਹੀਆਂ ਕੂੜੀਆਂ ਨਾਮਰਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਵਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਬਾਦਸ਼ਾਹ ਦੇ ਬਾਦਸ਼ਾਹ। ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰਸਤੇ ਜਿਹੜੇ Yeah.
ਕੋਈ ਰਾਜਾ ਜਿਸ ਨੂੰ ਅੱਛੀਆਂ ਅੱਛੀਆਂ ਸੇਜਾਂ ਉੱਪਰ ਚੰਗੇ ਚੰਗੇ ਫੁੱਲ ਵਿਛਾ ਕੇ ਸੌਣ ਦਾ ਸੁਭਾਵ ਸੀ। ਮਾਲਣ ਨੇ ਬਹੁਤ ਸਾਰੇ ਨਰਮ ਨਰਮ ਫੁੱਲ ਇਕੱਠੇ ਕਰਨੇ, ਉਸਦੀ ਸੇਜਾਂ 'ਤੇ ਵਿਛਾਉਣੇ, ਉਹ ਰਾਜਾ ਉਹਨਾਂ ਉੱਪਰ ਸੌਂਦਾ ਹੁੰਦਾ। ਇੱਕ ਦਿਨ ਦਾ ਜ਼ਿਕਰ, ਉਸ ਮਾਲਣ ਨੇ ਬਹੁਤ ਸਾਰੇ ਫੁੱਲ ਇਕੱਠੇ ਕਰਕੇ ਰਾਜਾ ਦੀ ਸੇਜਾਂ ਉੱਪਰ ਵਿਛਾਏ। ਚਿੱਤ ਵਿੱਚ ਖਿਆਲ ਆਇਆ ਕਿ ਰਾਜਾ ਨੂੰ ਪਤਾ ਨਹੀਂ ਇਸ ਸੇਜਾਂ 'ਤੇ ਕਿਤਨੀ ਕੁ ਚੰਗੀ ਨੀਂਦ ਆਉਂਦੀ ਹੋਣੀ। ਇਹ ਸੋਚ ਕੇ ਮਾਲਣ ਨੇ ਸੋਚਿਆ ਮੈਂ ਥੋੜ੍ਹਾ ਜਿਹਾ 'ਤੇ ਪੈ ਕੇ ਦੇਖਾਂ ਭਲਾ ਕਿਹੀ ਜਿਹੀ ਨੀਂਦ ਆਉਂਦੀ। ਮਾਲਣ ਉਸ ਸੇਜਾਂ ਦੇ ਉੱਪਰ ਲੇਟ ਗਈ, ਥੱਕੀ ਸੀ ਵਿਚਾਰੀ, ਝੱਟ ਹੀ ਉਸਨੂੰ ਨੀਂਦ ਆ ਜਾਂਦੀ। ਕਿਤਨੇ ਨੂੰ ਰਾਜਾ ਬਾਹਰੋਂ ਆ ਗਿਆ, ਹੱਥ ਵਿੱਚ ਇੱਕ ਬੈਤ ਹੈ। ਜਿਸ ਵਕਤ ਇੱਕ ਅਦਨਾ ਜੇ ਸੇਵਕ ਨੂੰ ਆਪਣੇ ਬਿਸਤਰੇ ਉੱਪਰ ਲੇਟਿਆ ਹੋਇਆ ਦੇਖਿਆ, ਬੇਅਦਬੀ ਸਮਝ ਕੇ ਗੁੱਸਾ ਆਇਆ ਚਿੱਤ ਵਿੱਚ, ਉਸਨੇ ਦੋ ਚਾਰ ਸਮਾਲਣ ਦੇ ਨਾਲ ਸੁੱਤੀ ਪਈ ਨੂੰ ਜਾਗ ਆ ਗਈ। ਨਾਲੇ ਹੱਸਦੀ ਹੈ ਨਾਲੇ ਰੋਂਦੀ ਹੈ। ਉਹ ਰਾਜਾ ਕਹਿਣਾ ਮਾਲਣ ਇਹ ਕੀ ਗੱਲ, ਨਾਲੇ ਹੱਸਣਾ ਨਾਲੇ ਰੋਣਾ। ਫਿਰ ਕਹਿਣ ਲੱਗਾ ਠੀਕ ਠੀਕ ਗੱਲ ਦੱਸ, ਉਹ ਫਿਰ ਚੁੱਪ ਹੈ। ਤੀਜੀ ਗੱਲ ਹੈ ਖੁੱਲ੍ਹ ਕੇ ਦੱਸ, ਹੱਸਦੀਆਂ ਨਾਲੇ ਰੋਂਦੀ ਹੈ। ਉਹਨੇ ਕਿਹਾ ਸਰਕਾਰ ਮੇਰੀ ਵੱਡੀ ਗਲਤੀ, ਮੇਰਾ ਫਰਜ਼ ਨਹੀਂ ਸੀ ਆਪਦੀ ਸੇਜਾ ਦੇ ਉੱਪਰ ਲੇਟਣਾ, ਮੈਂ ਇੱਕ ਛੋਟਾ ਜਿਹਾ ਅਦਨਾ ਜਿਹਾ ਸੇਵਕ ਹਾਂ, ਮੇਰਾ ਹੱਕ ਕੀ ਹੈ ਆ ਬਾਦਸ਼ਾਹ ਦੇ ਸੇਜਾ ਉੱਪਰ ਲੇਟਣ ਦਾ, ਲੇਕਿਨ ਮੈਂ ਬੜੀ ਗਲਤੀ ਕੀਤੀ, ਉਸ ਗਲਤੀ ਦਾ ਫਲ ਮੇਰੇ ਬੈਤਾਂ ਪਈਆਂ। ਬੈਤਾਂ ਪੈਣ ਕਰਕੇ ਸੱਟ ਵੱਜੀ, ਸੱਟ ਲੱਗਦੀ ਹੈ, ਸੱਟ ਵਿੱਚ ਬੰਦਾ ਰੋਂਦਾ ਹੈ, ਇਸ ਕਰਕੇ ਮੈਨੂੰ ਰੋਣਾ ਆਇਆ। ਕਹਿਣਗਾ ਹੱਸੀ ਫਿਰ ਕਿਉਂ? ਕਹਿਣਗੇ ਹਾਸਾ ਤਾਂ ਮੈਨੂੰ ਤਦ ਆਇਆ, ਪਤਾ ਨਹੀਂ ਦੋ ਚਾਰ ਦਸ ਵੀਹ ਮਿੰਟ ਮੈਂ ਇਸ ਸੇਜਾ ਉੱਪਰ ਸੁੱਤੀ ਹਾਂ ਕਿ ਨਾ ਮੇਰੇ ਇਤਨੀਆਂ ਬੈਤਾਂ ਪਈਆਂ, ਤੂੰ ਰੋਜ਼ ਇਸ ਸੇਜਾ 'ਤੇ ਸੁਣਨਾ ਹੈ, ਪਤਾ ਨਹੀਂ ਜਮ ਤੇਰੇ ਕਿੰਨੀਆਂ ਕੁ ਬੈਤਾਂ ਮਾਰ। ਇਹ ਗੱਲ ਸੁਣ ਕੇ ਵਕਤ ਦੀ ਗੱਲ ਹੈ, ਸਾਧ ਸਿੰਘ ਰਾਜਾ ਨੂੰ ਇਸ ਦੀ ਇਤਨੀ ਸੱਟ ਵੱਜੀ, ਯਾਨੀ ਇਤਨੀ ਚੋਟ ਵੱਜੀ ਇਸ ਬਚਨ ਦੀ, ਵੈਰਾਗ ਹੋ ਗਿਆ। ਪਹਿਲਾਂ ਤਾਂ ਵੈਸੇ ਮਹਾਂਪੁਰਖਾਂ ਦਾ ਸਤਸੰਗੀ ਸੀ, ਰਾਜ ਭਾਗ ਆਪਣੇ ਵੱਡੇ ਪੁੱਤਰ ਨੂੰ ਦੇ ਕੇ ਆ ਫਕੀਰ ਬਣ ਜਾਂਦਾ ਹੈ। ਇੱਕ ਦਰਿਆ ਦੇ ਕਿਨਾਰੇ ਛੱਪਰੀ ਬਣਾ ਕੇ ਪੂਸਦੀ, ਉਸਦੇ ਵਿੱਚ ਰਹਿ ਕੇ ਬੜੀ ਬੰਦਗੀ ਕੀਤੀ, ਬੜਾ ਭਜਨ ਕੀਤਾ। ਭਜਨ ਕਰਦੇ ਕਰਦੇ ਮੰਜ਼ਲੇ ਮਕਸੂਦ ਨੂੰ ਪਹੁੰਚ ਗਿਆ, ਜਿਹੜੀ ਆਖਰੀ ਮੰਜ਼ਲ ਹੈ ਪ੍ਰਭੂ ਦੇ ਪਿਆਰਿਆਂ ਦੀ, ਜਿਸ ਤੋਂ ਪਰੇ ਕੁਛ ਵੀ ਨਹੀਂ ਹੈ, ਜਿੱਥੇ ਆਨੰਦ ਹੀ ਆਨੰਦ ਹੈ, ਜਿਸ ਵਿੱਚ ਮੌਤ ਨਹੀਂ, ਬਿਮਾਰੀ ਨਹੀਂ, ਦੁੱਖ ਨਹੀਂ, ਕਲੇਸ਼ ਨਹੀਂ, ਤਾਪ ਨਹੀਂ, ਆਨੰਦ ਦਾ ਸਾਗਰ ਹੈ, ਉਹਦੇ ਵਿੱਚ ਉਹ ਪਹੁੰਚ ਗਿਆ। ਕਾਫੀ ਸਮਾਂ ਇਉਂ ਗੁਜ਼ਰਿਆ। ਇੱਕ ਦਿਨ ਉਸਦੇ ਲੜਕੇ ਨੂੰ ਜੋ ਕਿ ਰਾਜ ਕਰ ਰਿਹਾ ਸੀ, ਬੜਾ ਹਰਾ ਹਜ਼ਾਰਾਂ ਮੀਲ ਤੱਕ ਜਿਸਦਾ ਰਾਜ ਸੀ, ਉਸਨੇ ਸੋਚਿਆ ਵੀ ਮੈਂ ਤਾਂ ਰਾਜ ਕਰ ਰਿਹਾ ਹਾਂ, ਪਰ ਮੇਰੇ ਪਿਤਾ ਜੀ ਉੱਥੇ ਫੂਸ ਦੀ ਛੱਪਰੀ 'ਚ ਰਹਿੰਦੇ ਹਨ, ਇਹ ਅੱਛੀ ਗੱਲ ਨਹੀਂ, ਬਿਹਤਰ ਹੈ ਉਹਨਾਂ ਨੂੰ ਮੈਂ ਪ੍ਰਾਰਥਨਾ ਕਰਕੇ ਲੈ ਆਵਾਂ, ਇੱਥੇ ਮਹਿਲ ਵਿੱਚ ਰਹਿਣਗੇ, ਉਹਨਾਂ ਦੀ ਸੇਵਾ ਵੀ ਕਰਾਂਗੇ, ਔਰ ਇੱਥੇ ਭਜਨ ਕਰੀ ਜਾਣਗੇ, ਭਜਨ ਹੀ ਕਰਨੇ, ਉੱਥੇ ਕਰ ਲਿਆ ਕਿ ਇੱਥੇ ਕਰ ਲਿਆ। ਇਉਂ ਉਹ ਰਾਜਾ ਬਹੁਤ ਸਾਰੀ ਫੌਜ ਨਾਲ ਹੈ, ਅਹਿਲਕਾਰ ਵੀ ਨਾਲ ਹਨ ਬਹੁਤ ਸਾਰੇ, ਉੱਥੇ ਪਹੁੰਚਿਆ ਜਾ ਕੇ ਉਹ ਮਹਾਤਮਾ ਯਾਨੀ ਉਸਦਾ ਪਿਤਾ ਦਰਿਆ ਦੇ ਕਿਨਾਰੇ ਬੈਠਾ, ਧੁੱਪ ਵੀ ਸਰਦੀ ਦਾ ਮੌਸਮ ਸੀ, ਗੋਦੜੀ ਨੂੰ ਕੁਛ ਟਾਂਕੇ ਜਿਹੇ ਲਗਾ ਰਿਹਾ।
ਜਾ ਕੇ ਉਸ ਰਾਜਾ ਨੇ ਨਮਸਕਾਰ ਕੀਤੀ, ਬੈਠ ਗਿਆ। ਹੋਰ ਅਹਿਲਕਾਰ ਵੀ ਨਮਸਕਾਰਾਂ ਕਰਕੇ ਬਹਿ ਗਏ। ਬਹੁਤ ਸਾਰੀ ਫੌਜ ਪਿੱਛੇ ਖੜ੍ਹੀ ਹੋਈ ਹੈ। ਸੋ ਰਾਜਾ ਆਪਣੇ ਪਿਤਾ ਉਹ ਸਾਧੂ ਨੂੰ ਕਹਿਣ ਲੱਗਿਆ, ਪਿਤਾ ਜੀ ਆਪ ਚਲੋ ਘਰ, ਅੱਛੇ ਮਹਿਲ ਵਿੱਚ ਰਹੋ, ਭਜਨ ਹੀ ਕਰਨਾ ਹੈ, ਛੱਪਰੀ 'ਚ ਕਰ ਲਿਆ ਕਿ ਅੱਛੇ ਮਹਿਲ ਵਿੱਚ ਕਰ ਲਿਆ, ਭਜਨ ਦਾ ਤਾਲਕ ਤਾਂ ਮਨ ਨਾਲ ਹੈ, ਇਸ ਕਰਕੇ ਅਸੀਂ ਤੁਹਾਡੀ ਸੇਵਾ ਕਰਾਂਗੇ, ਸਾਨੂੰ ਵੀ ਕੁਛ ਲਾਭ ਹੋਏਗਾ, ਚਲੋ ਚੱਲ ਕੇ ਉੱਥੇ ਅੱਛੇ ਮਹਿਲ ਵਿੱਚ ਰਹੋ, ਇਤਨਾ ਵੱਡਾ ਰਾਜ ਭਾਗ ਤੁਹਾਡਾ ਹੀ ਹੈ, ਮੈਂ ਤਾਂ ਇੱਕ ਸੇਵਾਦਾਰ ਹਾਂ। ਇਹ ਸੁਣ ਕੇ ਉਹ ਮਹਾਤਮਾ ਕਹਿਣ ਲੱਗੇ, ਬੇਟਾ ਜਾਓ, ਮੈਂ ਬੜੀ ਦੇਰ ਤੱਕ ਇਸ ਰਾਜ ਨੂੰ ਦੇਖਿਆ, ਜਿੱਥੇ ਫਿਰ ਮੈਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਹੈ, ਜਿੰਨਾ ਸੁੱਖ ਮੈਂ ਉੱਥੋਂ ਕੱਢ ਲਿਆ ਤੂੰ ਕੱਢ ਲਈ, ਜੇ ਤੈਨੂੰ ਲੱਭ ਜਾਵੇ ਤਾਂ। ਜੇ ਸੱਚਮੁੱਚ ਹੀ ਸੁੱਖ ਹੁੰਦਾ ਰਾਜ ਭਾਗ ਦੇ ਵਿੱਚ, ਜਿਤਨੇ ਗੋਰਖ ਦੇ ਚੇਲੇ ਰਾਜਿਆਂ ਰਾਜਿਆਂ ਦੇ ਪੁੱਤਰ ਸਨ, ਕਿਉਂ ਰਾਜ ਭਾਗ ਛੱਡ ਕੇ ਸਿਰ ਦੇ ਵਿੱਚ ਖਾਕ ਪਾਉਂਦੇ, ਕੰਨਾਂ ਵਿੱਚ ਮੁੰਦਰਾਂ ਕਿਉਂ ਪਾਉਂਦੇ, ਆਪਣੀਆਂ ਸ਼ਕਲਾਂ ਕਿਉਂ ਵਿਗਾੜਦੇ? ਉਹ ਕਿਸੇ ਅਸਲੀ ਸੁੱਖ ਵਾਸਤੇ, ਅਵਿਨਾਸ਼ੀ ਸੁੱਖ ਵਾਸਤੇ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਹੀਂ, ਉਸਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਇੰਨਾ ਕੁਛ ਕੁਰਬਾਨ ਕੀਤਾ, ਇੰਨਾ ਕੁਛ ਤਿਆਗ ਕੀਤਾ। ਜਾ ਤੂੰ ਕਰੀ ਚੱਲ ਰਾਜ, ਲੱਭ ਲੈ ਉੱਥੋਂ ਸੁੱਖ ਜੇ ਤੈਨੂੰ ਲੱਭਦਾ ਹੈ, ਮੈਨੂੰ ਤਾਂ ਲੱਭਿਆ ਨਹੀਂ। ਖੈਰ ਉਸ ਰਾਜੇ ਨੇ ਬਹੁਤ ਸਾਰਾ ਕਿਹਾ, ਪਿਤਾ ਜੀ ਤੁਸੀਂ ਐਸਾ ਹੱਥ ਨਾ ਕਰੋ, ਸਾਡੇ ਨਾਲ ਚੱਲੋ, ਅਸੀਂ ਸੇਵਾ ਕਰਿਆ ਕਿ ਸਾਡਾ ਭਲਾ ਹੋਏਗਾ, ਤੁਸੀਂ ਅਸੀਂ ਤੁਹਾਨੂੰ ਰਾਜ ਭਾਗ ਦੇ ਕੰਮਾਂ ਕਾਰਾਂ ਵਿੱਚ ਕੋਈ ਦਖਲ ਨਹੀਂ ਦਿਆਂਗੇ, ਭਜਨ ਹੀ ਕਰਨਾ ਉੱਥੇ ਕਰੀ ਜਾ ਇੱਥੇ ਕਰੀ ਜਾ। ਉਸਨੇ ਬਥੇਰਾ ਕਿਹਾ, ਕਾਕਾ ਜਾ ਮੈਂ ਬਥੇਰਾ ਰਾਜ ਭਾਗ ਕਰਕੇ ਦੇਖਿਆ, ਹਾਂ ਰਾਜ ਭਾਗ ਕਰਕੇ ਪਿੱਛੋਂ ਤੈਨੂੰ ਸੰਭਾਲਿਆ ਹੈ, ਜਾ ਆਪਣਾ ਕਰ ਜਿੰਨਾ ਕੁ ਤੇਰੇ ਤੋਂ ਹੁੰਦਾ, ਜਦ ਤੈਨੂੰ ਪਤਾ ਲੱਗੇ ਤੈਨੂੰ ਵੀ ਤਿਆਗ ਕਰਨਾ ਹੀ ਪਏਗਾ। ਖੈਰ ਉਸਨੇ ਨਹੀਂ ਮੰਨੀ, ਵਾਰ ਵਾਰ ਹੱਟ ਕਰ ਰਿਹਾ ਹੈ। ਜਦੋਂ ਨਾ ਹੀ ਹਟਿਆ, ਉਸ ਮਹਾਤਮਾ ਨੇ ਇੱਕ ਸੂਈ ਜਿਹਦੇ ਨਾਲ ਟੰਕੇ ਲਗਾ ਰਿਹਾ ਸੀ, ਆਪਣੀ ਗੋਦੜੀ ਨੂੰ ਪਾਣੀ ਵਿੱਚ ਛੱਡ ਦਿੱਤੀ, ਦਰਿਆ ਵਗ ਰਿਹਾ ਸੀ। ਕਹਿਣ ਲੱਗਾ, ਵੀ ਦੇਖ ਕਾਕਾ, ਜੇਕਰ ਮੈਨੂੰ ਲਿਜਾਣਾ ਹੈ ਤਾਂ ਮੇਰੀ ਸੂਈ ਕੱਢ ਦੇ। ਪਹਿਲਾਂ ਛੋਟੀ ਜਿਹੀ ਸੂਈ ਜਿਤਨੇ ਅਥਾਹ ਪਾਣੀ ਵਿੱਚ ਕਿਵੇਂ ਨਿਕਲ ਸਕਦੀ ਹੈ? ਕਹਿਣ ਲੱਗਾ, ਮੇਰੀ ਸੂਈ ਕੱਢ ਦੇ, ਫਿਰ ਮੈਂ ਚਲਾਂਗਾ। ਉਹ ਕਹਿਣ, ਪਿਤਾ ਜੀ ਸੂਈ ਇੱਕ ਪੈਸੇ ਦੀਆਂ 10 ਸੂਈਆਂ ਆ ਜਾਣ, ਉਹਨਾਂ ਵਾਸਤੇ ਤੁਸੀਂ ਕੀ ਖਿਆਲ ਕਰਦੇ ਹੋ? ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ ਤੁਹਾਡਾ ਹੀ ਹੈ, ਮੈਂ ਤੁਹਾਡਾ ਸੇਵਾਦਾਰ ਹਾਂ, ਸੇਵਾ ਕਰਾਂਗਾ। ਕਹਿੰਦੇ, ਨਹੀਂ ਬਾਈ, ਜੇ ਲਿਜਾਣਾ ਹੈ ਸੂਈ ਕੱਢ। ਉਸਨੇ ਕਿਹਾ, ਪਿਤਾ ਜੀ ਸੂਈ ਦਾ ਕੀ ਖਿਆਲ ਕਰਦੇ ਹੋ? ਹਜ਼ਾਰਾਂ ਮਰਬਾ ਮੀਲ ਦਾ ਰਾਜ ਭਾਗ, ਉਹਦੇ ਮੁਕਾਬਲੇ ਸੂਈ, ਇਹਦਾ ਤੁਸੀਂ ਕੀ ਖਿਆਲ ਕਰਦੇ? ਨਹੀਂ ਨਹੀਂ, ਕਹਿਣ, ਜੇ ਲਿਜਾਣਾ ਮੇਰੀ ਸੂਈ ਕੱਢ। ਖੈਰ ਉਸਨੇ ਆਪਣੇ ਨੌਕਰਾਂ ਚਾਕਰਾਂ ਨੂੰ ਹੁਕਮ ਕੀਤਾ, ਵੀ ਲਾਓ ਚੁੱਭੀਆਂ ਪਾਣੀ ਵਿੱਚ, ਸੂਈ ਕੱਢੋ ਜੇ ਲੱਭਦੀ ਹੈ ਕਿਤੋਂ। ਭਲਾ ਇਤਨੇ ਅਥਾਹ ਪਾਣੀ ਵਿੱਚ ਸੂਈ ਕਿੱਥੋਂ ਲੱਭ ਸਕੇ? ਇਤਨਾ ਵੱਡਾ ਦਰਿਆ, ਇੱਕ ਛੋਟੀ ਜਿਹੀ ਸੂਈ ਕਿਵੇਂ ਲੱਭ ਸਕਦੀ ਹੈ ਉੱਥੋਂ? ਹਾਂ, ਖੈਰ ਆਪ ਵੀ ਚੁੱਭੀਆਂ ਲਗਾਈਆਂ ਉਸਨੇ, ਲੇਕਿਨ ਸੂਈ ਨਹੀਂ ਲੱਭੀ। ਅਖੀਰ ਥੱਕ ਟੁੱਟ ਕੇ ਕਹਿਣਾ, ਪਿਤਾ ਜੀ ਸੂਈ ਦਾ ਤੁਸੀਂ ਕੀ ਖਿਆਲ ਕਰਦੇ ਹੋ? ਇਤਨਾ ਰਾਜ ਭਾਗ ਹੈ ਹਜ਼ਾਰਾਂ ਮਰਬਾ ਮੀਲ ਦਾ, ਉਹ ਤੁਹਾਡਾ ਹੀ ਹੈ, ਨਹੀਂ ਕਹਿਣਾ ਸੂਈ ਕੱਢ ਮੇਰੀ ਜੇ ਲਿਜਾਣਾ। ਕਹਿਣ ਲੱਗੇ, ਇਤਨੇ ਪਾਣੀ ਵਿੱਚੋਂ, ਇਤਨੇ ਅਥਾਹ ਪਾਣੀ ਵਿੱਚੋਂ ਭਲਾ ਸੂਈ ਕਿਵੇਂ ਨਿਕਲ ਆਏਗੀ? ਉਹ ਕਹਿਣ ਲੱਗੇ, ਨਹੀਂ ਨਿਕਲੀ, ਅਸੀਂ ਸਾਰਿਆਂ ਨੇ ਜ਼ੋਰ ਲਗਾ ਲਏ, ਕਿਵੇਂ ਨਿਕਲ ਸਕਦੀ ਹੈ? ਖੈਰ ਇੰਨੀ ਗੱਲ ਕਹਿਣ ਦੀ ਦੇਰ ਸੀ, ਉਹ ਮਹਾਤਮਾ ਨੇ ਆਵਾਜ਼ ਦਿੱਤੀ ਵਰੁਣ ਦੇਵਤਾ ਨੂੰ, ਜਿਹੜੇ ਪਾਣੀਆਂ ਦਾ ਦੇਵਤਾ, ਜਿਸਨੂੰ ਖਵਾਜਾ ਖਿਜਰ ਵੀ ਕਹਿੰਦੇ ਨੇ, ਵਰੁਣ ਦੇਵਤਾ ਵੀ ਕਹਿੰਦੇ ਨੇ। ਕਹਿਣ, ਇਹ ਵਰੁਣ ਦੇਵਤਾ ਹਮਾਰੀ ਸੂਈ ਨਿਕਾਲ।
ਇੰਨੀ ਗੱਲ ਕਹਿਣ ਦੀ ਦੇਰ ਸੀ, ਮੱਛੀ ਦੀ ਸ਼ਕਲ ਵਿੱਚ ਸੂਈ ਕੱਢ ਕੇ ਮੂਹਰੇ ਲਿਆ ਰੱਖੀ, ਕਹਿਣ ਲਈ ਆਹ ਨਿਕਲਿਆ ਹੀ, ਚੁੱਪ ਹੋ ਗਿਆ। ਕਹਿਣਾ ਤੇਰਾ ਤਾਂ ਇਹਨਾਂ ਲੋਕਾਂ 'ਤੇ ਥੋੜ੍ਹਾ ਜਿਹਾ ਰਾਜ ਹੈ, ਮੇਰਾ ਸਾਰੀ ਦੁਨੀਆ 'ਤੇ ਹੀ ਰਾਜ ਹੈ, ਜਾ ਸੱਚੀ ਪਾਤਸ਼ਾਹੀ ਦੌੜ ਜਾ। ਇੱਥੇ ਹੀ ਗੁਰੂ ਜੀ ਕਹਿੰਦੇ ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚਾ ਹੁਕਮ ਹਰ ਪਾਸੇ ਦੇ ਹੁਕਮ ਚੱਲਦਾ ਹੁੰਦਾ, ਸੱਚੀ ਪਾਤਸ਼ਾਹੀ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ, ਸੱਚੇ ਸੇਤੀ ਰਾਹ 'ਤੇ ਸੱਚਾ ਜੋ ਵਾਹਿਗੁਰੂ ਹੈ ਜਿਹਦਾ ਕਦੇ ਬਿਨ ਖਾਰਾ ਨਹੀਂ, ਜੋ ਕਦੇ ਉਹਦੇ ਨਾਲ ਉਰਤੇ ਹੋਏ ਹਨ। ਸੋ ਇਉਂ ਕਰਕੇ ਗੁਰੂ ਜੀ ਸੰਤਾਂ ਨੂੰ ਇੱਥੇ ਸ਼ਾਹੂਕਾਰ ਕਥਨ ਕਰਦੇ ਹਨ। ਇੱਕ ਜਗ੍ਹਾ ਗੁਰੂ ਜੀ ਸੰਤਾਂ ਨੂੰ ਤਮਾਮ ਦੁਨੀਆ ਦਾ ਰਾਜਾ ਕਥਨ ਕਰਦੇ ਨੇ, ਉਹ ਫਰਮਾਉਂਦੇ ਹਨ ਪਿਆਰੇ ਜੀ ਰਾਜਾ ਸਾਰੀ ਟੁੱਟੀ ਝੂੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਸ ਧਨ ਰੂਪਹੀਨ ਕਿਛ ਸਾਕ ਨਾ ਛਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨ। ਸਵਯੋ ਕਹਿਣ ਲੱਗੇ ਜੋ ਇਹੋ ਜਿਹਾ ਜਿਹੜਾ ਪੁਰਸ਼ ਹੈ ਜਿਸਦਾ ਮਨ ਵਾਹਿਗੁਰੂ ਦੇ ਭਜਨ ਵਿੱਚ ਲਿਵਲੀਨ ਹੈ, ਉਹ ਸਾਰੀ ਦੁਨੀਆ ਦਾ ਰਾਜਾ ਹੈ। ਇਉਂ ਕਥਨ ਕੀਤਾ ਇੱਕ ਜਗ੍ਹਾ ਗੁਰੂ ਜੀ ਪਾਸ
ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ, ਜਿਨ੍ਹਾਂ ਨਾਲ ਵਿਸਰੇ ਨਾਮ ਸੇ ਕਨੇਹੇ ਆ, ਜਿਨ੍ਹਾਂ ਨੂੰ ਵਾਹਿਗੁਰੂ ਦਾ ਭਜਨ ਨਹੀਂ ਵਿਸਰਦਾ, ਉਹ ਕਿਹੋ ਜਿਹੇ ਹਨ? ਇਹ ਬਚਨ ਸੁਣ ਕੇ ਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਜਵਾਬ ਦਿੱਤਾ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਉਹਨਾਂ ਵਿੱਚ ਫਰਕ ਨਾ ਜਾਣੋ, ਜਿਹਨਾਂ ਨੂੰ ਪ੍ਰਭੂ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ ਉਹ ਸਾਈਂ ਵਰਗੇ ਹੀ ਨੇ, ਰੱਬ ਵਰਗੇ ਹੀ ਹਨ, ਕਿਉਂਕਿ ਸਾਡੇ 'ਤੇ ਰੱਬ ਦੇ ਵਿਚਾਲੇ ਹਉਮੈ ਦਾ ਪਰਦਾ ਹੈ। ਨਾਮ ਅਭਿਆਸ ਦੀ ਕਮਾਈ ਨਾਲ ਹਉਮੈ ਦਾ ਪਰਦਾ ਦੂਰ ਹੋ ਜਾਂਦਾ ਹੈ। ਜਦੋਂ ਪਰਦਾ ਦੂਰ ਹੋ ਗਿਆ, ਮਿਲਾਪ ਹੈ, ਏਕਤਾ ਹੈ, ਪ੍ਰਭੂ ਰੂਪ ਹੀ ਬਣ ਜਾਂਦੇ ਨੇ, ਇਉਂ ਫਰਮਾਉਂਦੇ ਨੇ। ਸਾਈਂ ਹੀ ਵਰਗੇ ਨੇ ਵਿਸਰੇ ਨਾ, ਭੇਦ ਨਾ ਜਾਣੋ ਮੂਲ ਸਾਈਂ ਜਿਹੇ ਆ, ਜਿਨ੍ਹਾਂ ਨੂੰ ਰੱਬ ਦਾ ਨਾਂ ਨਹੀਂ ਵਿਸਰਦਾ ਉਹ ਰੱਬ ਵਰਗੇ ਹੀ ਹਨ। ਸੋ ਇਹੋ ਜਿਹੇ ਦਰਜੇ ਗੁਰਬਾਣੀ ਮਹਾਂਪੁਰਸ਼ਾਂ ਨੂੰ ਦਿੰਦੀ ਹੈ। ਇਹੋ ਜਿਹੇ ਗੁਣਾਂ ਵਾਲੇ ਇੱਕ ਮਹਾਂਪੁਰਸ਼, ਹੱਥ ਵਿੱਚ ਤੋਤੇ ਦਾ ਪਿੰਜਰਾ ਹੈ, ਬਾਰਿਸ਼ ਪੈ ਰਹੀ ਹੈ, ਬਾਰਿਸ਼ ਜ਼ੋਰ ਦਾ ਛੜਾਕਾ ਆ ਗਿਆ, ਕੁਦਰਤੀ ਉਸ ਗਣਕਾ ਦੇ ਮਕਾਨ ਦਾ ਜਿਹੜਾ ਵਰਾਂਡਾ ਸੀ ਉਸਦੇ ਹੇਠਾਂ ਆ ਖਲੋਂਦੇ ਹਨ। ਉਸਨੇ ਪਛਾਣ ਕੇ ਉੱਪਰੋਂ ਆਪਣੀ ਨੌਕਰ ਨੂੰ ਭੇਜਿਆ ਵੀ ਜੋ ਉਹ ਮਹਾਤਮਾ ਖੜ੍ਹੇ ਹਨ ਉਹਨਾਂ ਨੂੰ ਉੱਪਰ ਲਾਇਆ, ਕਿਉਂਕਿ ਉਹਦੇ ਚਿੱਤ ਵਿੱਚ ਇਹ ਖਾਹਿਸ਼ ਬਣੀ ਹੀ ਰਹਿੰਦੀ ਸੀ ਕੋਈ ਵਕਤ ਆਵੇ, ਕੋਈ ਮਹਾਂਪੁਰਖ ਮਿਲੇ, ਉਹਨਾਂ ਤੋਂ ਰੱਬ ਦੇ ਪਾਸੇ ਦਾ ਰਸਤਾ ਪੁੱਛ ਕੇ ਆਪਣਾ ਜਨਮ ਸਫਲਾ ਕਰਾਂ। ਜਿੱਥੇ ਜ਼ਬਾਨ ਹਿੱਲੇ ਉਸਨੂੰ ਜਾਪ ਕਹਿੰਦੇ ਹਨ, ਜਿੱਥੇ ਜ਼ਬਾਨ ਨਾ ਹਿੱਲੇ ਕੇਵਲ ਖਿਆਲ ਹੀ ਕੰਮ ਕਰੇ ਅੰਦਰ ਹੀ ਸੁਰਤੀ ਸੁਣੇ ਉਸਨੂੰ ਅਜੱਪਾ ਜਾਪ ਕਹਿੰਦੇ ਹਨ। ਅਜੱਪਾ ਜਾਪ ਨਾ ਵਿਸਰੇ ਆਦਿ ਜੁਗਾਦ ਸਮਾਜ। ਸੋ ਇਉਂ ਕਰਕੇ ਪਰ ਪਹਿਲੇ ਪਹਿਲ ਜਦੋਂ ਬੁੱਧ ਅਤਿਅੰਤ ਮੈਲੀ ਇਹ ਸੁਭਾਅ ਨਹੀਂ ਹੈ, ਸਤਿਪੁਰਸ਼ ਉਸਨੂੰ ਹੌਲੀ ਹੌਲੀ ਹੌਲੀ
ਉਰਾਂ ਉਰਲੀਆਂ ਜੁੱਤੀਆਂ ਦੁਆਰਾ ਉਹਦਾ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰਿਆ ਕਰਦੇ ਹਨ। ਹਾਂ, ਜੇ ਅਜੇ ਪੜ੍ਹਨ ਲੱਗਿਆ ਨਹੀਂ, ਉਸਨੂੰ ਐਵੇਂ ਦਾ ਸਵਾਲ ਉਹਦੇ ਅੱਗੇ ਰੱਖ ਦਿਓ, ਕਿਵੇਂ ਹੱਲ ਕਰ ਸਕੇਗਾ? ਸਮਝ ਹੀ ਨਹੀਂ ਸਕੇਗਾ। ਇਸੀ ਤਰ੍ਹਾਂ ਪਹਿਲ ਸਤਿਪੁਰਸ਼ਾਂ ਨੇ ਸੋਚਿਆ ਵੀ ਇਸਨੂੰ ਇਸ ਤੋਤੇ ਦੇ ਬਹਾਨੇ ਇਹਦਾ ਮਨ ਸ਼ੁੱਧ ਕਰੀਏ ਤਾਂ ਚੰਗੀ ਗੱਲ ਹੈ। ਤੋਤਾ ਰਾਮ ਰਾਮ ਪੜ੍ਹਿਆ ਹੋਇਆ ਸੀ, ਉਹਨਾਂ ਨੇ ਇਹ ਜਾਣ ਕੇ ਵੀ ਇਹਦੇ ਚਿੱਤ ਵਿੱਚ ਵੈਰਾਗ ਜ਼ਰੂਰ ਹੈ, ਨਰਕਾਂ ਜਮਾਂ 'ਚ ਰਾਸ਼ਕੀ ਦਾ ਡਰ ਵੀ ਜ਼ਰੂਰ ਪੈਦਾ ਹੋਇਆ ਹੋਇਆ ਹੈ, ਪਰ ਇਸ ਤੋਤੇ ਦੇ ਬਹਾਨੇ ਇਹਦਾ ਮਨ ਜਦੋਂ ਕੁਛ ਦੇਰ ਕਰਦਿਆਂ ਕਰਦਿਆਂ ਸ਼ੁੱਧ ਹੋ ਜਾਏਗਾ, ਅਗਲਾ ਤਰੀਕਾ ਅਗਲੀ ਜੁੱਤੀ ਫਿਰ ਦੱਸੀ ਜਾਏਗੀ, ਫਿਰ ਫਲੀਭੂਤ ਹੋਏਗੀ। ਕਿਉਂ? ਬਿਨ ਗਾਹਕ ਗੁਣ ਵੇਚੀਏ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਵਿਕਾਏ। ਜਿਵੇਂ ਦੱਸਿਆ ਹੈ, ਗਾਹਕ ਤੋਂ ਬਿਨਾਂ ਗੁਣ ਜਿਹੜਾ ਹੈ ਸਸਤਾ ਜਾਂਦਾ ਹੈ। ਜਿੱਥੇ ਪੂਰਾ ਸੌਦਾਗਰ ਪੂਰਾ ਅਧਿਕਾਰੀ ਨਾ ਮਿਲੇ, ਸਤਪੁਰਸ਼ ਉਸਨੂੰ ਉਹ ਜਿਹਾ ਉਪਦੇਸ਼ ਨਹੀਂ ਕਰਦੇ। ਵੈਸੇ ਕੈਸੇ ਪੁਰਸ਼ ਕੋ ਦੇ ਨਾ ਸੰਤ ਉਪਦੇਸ਼, ਅਧਿਕਾਰ ਦੇ ਮੁਤਾਬਕ ਹੀ ਉਪਦੇਸ਼ ਹੋਇਆ ਕਰਦਾ ਹੈ। ਇਉਂ ਫਰਮਾਉਂਦੇ ਹਨ, ਜਿੱਥੇ ਮਿਲੇ ਨਾ ਸੌਦਾਗਰ ਕਬੀਰਾ ਗੰਠ ਨਖੋ ਨਾ ਪੱਟਣ ਨਾ ਪਾਰਕੂ ਨਾ ਗਾਹਕ ਨਾ ਮੋਰ। ਫਲੀਭੂਤ ਨਹੀਂ ਹੋਇਆ ਕਰਦੀ ਕਿਉਂਕਿ ਕਮਾਈ ਨਹੀਂ ਜਾ ਸਕਦੀ। ਜਦੋਂ ਅਧਿਕਾਰੀ ਹੋਵੇ ਉਸਨੂੰ ਉਹ ਜਿਹਾ ਉਪਦੇਸ਼ ਦੱਸਿਆ ਜਾਵੇ, ਫਿਰ ਫਲੀਭੂਤ ਹੁੰਦਾ ਹੈ। ਸਤਿਪੁਰਸ਼ਾਂ ਨੇ ਇਹ ਜਾਣ ਕੇ ਵੀ ਅਜੇ ਇਸਦਾ ਮਨ ਇਸ ਤੋਤੇ ਦੇ ਬਹਾਨੇ ਸ਼ੁੱਧ ਕਰਨਾ ਚਾਹੀਦਾ। ਤੋਤਾ ਰਾਮ ਰਾਮ ਪੜ੍ਹਿਆ ਸੀ, ਉਹਨਾਂ ਨੇ ਇਹ ਪ੍ਰਣ ਲਿਆ, ਜੇਕਰ
ਸੱਚਮੁੱਚੀ ਤੇਰੇ ਚਿੱਤ ਵਿੱਚ ਜਮਾਂ ਨਰਕਾਂ 84 ਯਾਦ ਦਾ ਭੈ ਪ੍ਰਾਪਤ ਹੋਇਆ, ਤਾਂ ਜੋ ਕੁਛ ਤੈਨੂੰ ਦੱਸਿਆ ਜਾਏਗਾ, ਜੋ ਹਦਾਇਤਾਂ ਤੈਨੂੰ ਕੀਤੀਆਂ ਜਾਣਗੀਆਂ, ਉਹਦੇ ਅਨੁਸਾਰ ਤੈਨੂੰ ਚੱਲਣਾ ਪਏਗਾ। ਉਹਨੇ ਕਿਹਾ, ਸਤਿਬਚਨ ਮੈਂ ਵੈਸਾ ਹੀ ਕਰਾਂਗੀ। ਸਤਿਪੁਰਸ਼ਾਂ ਨੇ ਕੁਛ ਹੋਰ ਹਦਾਇਤਾਂ ਕੀਤੀਆਂ ਅਤੇ ਨਾਲ ਦੀਆਂ ਉਸਨੂੰ ਉਹ ਤੋਤੇ ਦਾ ਪਿੰਜਰਾ ਦਿੱਤਾ। ਕਹਿਣ ਲੱਗੇ, ਦੇਖੋ ਸਵਖਤੇ ਪਹਿਰ ਸਵਾ ਪਹਿਰ ਆਤਰੇ ਨੇ ਉੱਠ ਕੇ ਇਸ਼ਨਾਨ ਆਦਿ ਕਰਕੇ ਇਸ ਤੋਤੇ ਤੋਂ ਦਿਨ ਚੜ੍ਹੇ ਤੱਕ ਰਾਮ ਰਾਮ ਕਹਾਇਆ ਕਰੋ ਅਤੇ ਸੁਣਿਆ ਕਰੋ, ਇਉਂ ਤੇਰਾ ਮਨ ਸ਼ੁੱਧ ਹੋ ਜਾਏਗਾ। ਕੁਛ ਕੁ ਦੇਰ ਦੇ ਵਿੱਚ, ਸਾਲ 6 ਮਹੀਨੇ ਵਿੱਚ ਜਦੋਂ ਮਨ ਇਉਂ ਸ਼ੁੱਧ ਹੋ ਗਿਆ, ਫਿਰ ਤੈਨੂੰ ਅਗਲਾ ਤਰੀਕਾ, ਅਗਲੀ ਯੁਕਤੀ ਦੱਸੀ ਜਾਏਗੀ, ਜਿਸ ਕਰਕੇ ਤੈਨੂੰ ਨਾ ਜ਼ਬਾਨ ਹਿਲਾਉਣ ਦੀ ਲੋੜ ਪਵੇ, ਨਾ ਬੁੱਲ ਹਿਲਾਉਣ ਦੀ, ਨਾ ਕੁਛ ਹੋਰ ਮਾਲਾ ਫੜਨ ਦੀ। ਅੰਦਰੀ ਸਿਮਰਨ ਭਜ ਹੋ ਰਿਹਾ ਹੈ। ਸਾਧ ਇਉਂ ਉਸ ਗਣਕਾ ਨੂੰ ਸਤਿਪੁਰਸ਼ਾਂ ਨੇ ਐਸਾ ਉਪਦੇਸ਼ ਕੀਤਾ। ਗਣਕਾ ਪਾਪਣ ਹੋਏ ਕੇ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ, ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋਸ ਇਸ ਨੂੰ ਤੋਤਾ। ਖੋਟੀ ਮਤ ਦੇਖ ਕੇ, ਖੋਟੀ ਮਤ ਅਧੀਨ ਹੋ ਕੇ ਵਿਕਾਰਾਂ ਵਿੱਚ ਲੱਗੀ ਹੋਣ ਕਰਕੇ ਦਿਆਲ ਦੇ ਘਰ ਵਿੱਚ ਆ ਕੇ ਉਸਨੂੰ ਤੋਤਾ ਉਸਦੇ ਭਲੇ ਵਾਸਤੇ ਦਿੱਤਾ। ਹੱਥੋਂ ਦੇ ਸੰਤਾਂ ਨੇ ਤੋਤਾ ਗਣਕਾ, ਆ
ਆਤਮਾ ਨੇ ਉਸਨੂੰ ਉਹ ਤੋਤੇ ਦਾ ਪਿੰਜਰਾ ਦੇ ਦਿੱਤਾ। ਹਦਾਇਤਾਂ ਕੁਛ ਕੀਤੀਆਂ, ਨਾਲ ਦੀ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਦਿਨ ਚੜ੍ਹੇ ਤੱਕ ਤੋਤੇ ਤੋਂ ਰਾਮ ਰਾਮ ਕਹਾਉਣ ਦਾ ਅਤੇ ਉਸ ਤੋਂ ਸੁਣਨ ਦਾ ਅਭਿਆਸ ਕਰੋ, ਐਸਾ ਹੁਕਮ ਕੀਤਾ। ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਅੱਜ ਰਾਮਦਾਸ ਸਰੋਵਰ ਦੇ ਕਿਨਾਰੇ ਬੈਠੇ, ਚਾਰ ਚੁਫੇਰੇ ਹਜ਼ੂਰ ਦੇ ਸਿੱਖ ਬੈਠਣ, ਬਹੁਤ ਸਾਰੇ ਉਸ ਵਕਤ ਦੇ ਬ੍ਰਹਮ ਗਿਆਨੀ ਸਿੱਖ ਭਾਈ ਜੇਠਾ ਪੁਰਾਣਾ ਬਾਬਾ ਬੁੱਢਾ ਆਦਿ ਵੀ ਬੈਠੇ ਹੋਏ। ਉਹਨਾਂ ਪ੍ਰਾਰਥਨਾ ਕੀਤੀ, ਗਰੀਬ ਨਿਵਾਸ, ਇਹ ਜੀਵ ਦਾ ਨਿਸ਼ਤਾਰਾ ਕੈਸੇ ਹੋਵੇ, ਸੰਸਾਰ ਸਮੁੰਦਰ ਤੋਂ ਤਰਨਾ ਕੈਸੇ ਹੋਵੇ। ਇਹ ਬਚਨ ਸੁਣ ਕੇ ਆਪ ਜੀ ਨੇ ਫਰਮਾਇਆ, ਸੰਤੋ ਸਾਗਰ ਪਾਰ ਉਤਰੀ ਹੈ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀ ਹੈ। ਇਹ ਬਚਨ ਫਰਮਾਇਆ, ਜੇ ਕੋ ਬਚਨ ਕਮਾਵੇ ਸੰਤਾਂ ਦਾ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਤਰੀਏ। ਉਹਨਾਂ ਭਾਈ ਬੁੱਢਾ ਜੇਠੇ ਪੁਰਾਣਾ ਆਦਿ ਜੋ ਬ੍ਰਹਮ ਗਿਆਨੀ ਸਿੱਖ ਸਨ, ਉਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਜੀ ਕਹਿੰਦੇ, ਸੰਤੋ ਸਾਗਰ ਪਾਰ ਉਤਰੀਏ, ਸੰਸਾਰ ਸਮੁੰਦਰ ਤੋਂ ਪਾਰ ਉਤਰਨ ਦਾ ਇਹੀ ਉਪਾਅ ਹੈ ਸੰਤਾਂ ਦੇ ਬਚਨ 'ਤੇ ਪਹਿਰਾ ਦੇਣਾ।
ਜਿਵੇਂ ਸਮੁੰਦਰ ਰਾਹੀਂ ਇੱਕ ਟਾਪੂ ਤੋਂ ਦੂਜੇ ਟਾਪੂ ਪਹੁੰਚਣ ਵਾਸਤੇ ਇਹੀ ਉਪਾਅ ਹੁੰਦਾ ਜਹਾਜ਼ ਵਿੱਚ ਬੈਠ ਕੇ ਪਾਰ ਹੋ ਜਾਏ। ਇਸੀ ਤਰ੍ਹਾਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ ਸੰਤਾਂ ਦਾ ਬਚਨ ਰੂਪੀ ਜਹਾਜ਼ ਹੈ, ਉਸ 'ਤੇ ਪਹਿਰਾ ਦੇਵੇ। ਫਿਰ ਉਹਨਾਂ ਨੇ ਅਰਜ਼ ਕੀਤੀ, ਗਰੀਬ ਨਵਾਜ਼, ਜਿਹੜੇ ਹੋਰ ਛੋਟੇ ਮੋਟੇ ਕਰਮ ਧਰਮ ਹਨ, ਉਹ ਕਰਮ ਧਰਮ ਇਸ ਸੰਸਾਰ ਤੋਂ ਪਾਰ ਨਹੀਂ ਕਰਨਗੇ। ਗੁਰੂ ਜੀ ਕਹਿਣਗੇ, ਹਾਂ ਥੋੜ੍ਹਾ ਜਿਹਾ ਉਹਨਾਂ ਦਾ ਫਲ ਹੈ, ਪਰ ਕਰਮ ਧਰਮ ਪਾਖੰਡ ਜੋ ਦੀ ਸੈਤਨ ਜਮ ਜਾਗਾ ਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਰ ਨਿਮਕ ਸਿਮਰਤ ਜਿਤ ਛੂਟੈ। ਜਿਹੜੇ ਛੋਟੇ ਛੋਟੇ ਕਰਮ ਧਰਮ ਪਾਖੰਡ ਸਹਿਤ ਕਰਦਾ ਹੈ, ਉਹਨੂੰ ਤਾਂ ਰਸਤੇ ਵਿੱਚ ਹੀ ਜਮ ਰੂਪੀ ਜਗਾਤੀਆ ਲੁੱਟ ਲੈਂਦਾ ਹੈ। ਤਾਂ ਤੇ ਵਾਹਿਗੁਰੂ ਅੰਤਰਜਾਮੀ ਦਾ ਕੀਰਤਨ ਕਰੋ, ਨਿਸ਼ਕਾਮ ਨਿਰਮਾਣ ਨਿਰਵਾਣ ਹੋ ਕੇ ਕੀਰਤਨ ਕਰੋ, ਸੰਸਾਰ ਸਮੁੰਦਰ ਤੋਂ ਛੁਟਕਾਰਾ ਹੋਵੇ। ਇਹ ਬਚਨ ਸੁਣ ਕੇ ਉਹਨਾਂ ਸਿੱਖਾਂ ਅਰਜ਼ ਕੀਤੀ, ਗਰੀਬ ਨਵਾਜ਼, ਹੋਰ ਕੋਈ ਤੀਰਥ ਆਦਿ ਜਿਹੜੇ ਹਨ ਕਿ ਇਹ ਸੰਸਾਰ ਸਮੁੰਦਰ ਤੋਂ ਪਾਰ ਕਰਨ ਨੂੰ ਸਮਰੱਥ ਨਹੀਂ? ਗੁਰੂ ਜੀ ਨੇ ਫਰਮਾਇਆ, ਕੋਟ ਤੀਰਥ ਮੱਜਣ ਇਸ਼ਨਾਨਾ, ਇਸ ਕਲਮੇ ਮੈਲ ਭਰੀ ਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈ ਜੈ। ਇਹ ਕਲਯੁੱਗ ਦੇ ਵਿੱਚ ਜਦੋਂ 5000 ਵਰਸ ਕਲਯੁੱਗ ਬੀਤ ਜਾਏਗਾ, ਜਿਹੜੇ ਤੀਰਥ ਹਨ ਉਹਨਾਂ ਦੇ ਮਹਾਨੀ ਦੇਵਤਾ ਸ਼ੁੱਧੀ ਦੇਣ ਵਾਲੇ, ਉਹ ਕਲਯੁੱਗ ਤੋਂ ਡਰਦੇ ਹੋਏ ਅਲੋਪ ਹੋ ਜਾਣਗੇ। ਸ਼ੁੱਧੀ ਕਿਸਨੇ ਦੇਣੀ ਹੈ ਫਿਰ? ਤਾਂ ਤੇ ਵਾਹਿਗੁਰੂ ਅੰਤਰਜਾਮੀ ਦਾ ਜਿਹੜਾ ਭਜਨ ਹੈ, ਇਹੀ ਸਤਸੰਗ ਦੁਆਰਾ ਕੀਤਾ ਮਨ ਨੂੰ ਸ਼ੁੱਧ ਕਰਦਾ ਹੈ। ਸਤਸੰਗ ਜੋ ਹਰਗੁਣ ਗਾਵੈ ਸੋ ਨਿਰਮਲ ਕਰ ਲੀਜੈ। ਸਤਸੰਗ ਰੂਪੀ ਸੱਚਾ ਤੀਰਥ ਹੈ, ਜਿਹਦੇ ਵਿੱਚ ਹਰੀ ਜਸ ਰੂਪੀ ਜਲ ਹੈ, ਇਹਦੇ ਵਿੱਚ ਮਨ ਦਾ ਇਸ਼ਨਾਨ ਕਰਾ ਕੇ ਮਨ ਨੂੰ ਸ਼ੁੱਧ ਕਰੇ। ਫਿਰ ਉਹਨਾਂ ਅਰਜ਼ ਕੀਤੀ, ਗਰੀਬ ਨਵਾਜ਼, ਹੋਰ ਜਿਤਨੇ ਵੇਦ ਕਤੇਵ ਸਿਮਰਤ ਸ਼ਾਸਤਰ ਹਨ ਕਿ ਇਹਨਾਂ ਪੜ੍ਹਿਆਂ 'ਤੇ ਜੀਵ ਦੀ ਮੁਕਤ ਨਹੀਂ ਹੋਏਗੀ? ਹਜ਼ੂਰ ਨੇ ਫਰਮਾਨ ਕੀਤਾ, ਵੇਦ ਕਤੇਵ ਸਿਮਰਤ ਸਭ ਸ਼ਾਸਤਰ, ਇਨ ਪੜ੍ਹਿਆਂ ਮੁਕਤ ਨਾ ਹੋਈ, ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ। ਵੇਦ ਕਤੇਵ ਸਿਮਰਤ ਸ਼ਾਸਤਰ ਆਦਿ ਇਹਨਾਂ ਪੜ੍ਹਿਆਂ 'ਤੇ ਮੁਕਤ ਨਹੀਂ ਹੁੰਦੀ, ਪਰ ਇੱਕ ਅੱਖਰ ਵਾਹਿਗੁਰੂ ਦਾ ਜਿਹੜਾ ਭਜਨ ਹੈ ਉਹ ਜੋ ਗੁਰਮੁਖ ਦੁਆਰਾ ਜਪਿਆ ਜਾਵੇ ਉਹਦੀ ਨਿਰਮਲ ਸੋਭਾ ਹੁੰਦੀ ਹੈ। ਫਿਰ ਉਹਨਾਂ ਅਰਜ਼ ਕੀਤੀ, ਗਰੀਬ ਨਵਾਜ਼, ਇਹ ਹਜ਼ੂਰ ਦਾ ਜਿਹੜਾ ਉਪਦੇਸ਼ ਹੈ ਕਿ ਸਿਰਫ ਆਪਣੇ ਸਿੱਖਾਂ ਵਾਸਤੇ ਹੀ ਹੈ ਕਿ ਤਮਾਮ ਦੁਨੀਆ ਵਾਸਤੇ ਹੀ ਹੈ? ਹਜ਼ੂਰ ਨੇ ਫਰਮਾਨ ਕੀਤਾ, ਖੱਤਰੀ ਬ੍ਰਹਮਣ ਸ਼ੂਦ ਵੈਸ਼, ਉਪਦੇਸ਼ 'ਚੋਂ ਵਰਣਾ ਕੋ ਸਾਂਝਾ, ਗੁਰਮੁਖ ਨਾਮ ਜਪੇ ਉਦਰੇ ਸੋ ਕਲਮੈ ਘਟ ਘਟ ਨਾਨਕ ਮਾਂਝਾ। ਬ੍ਰਹਮਣ ਹੈ ਭਾਵੇਂ ਖੱਤਰੀ ਹੈ, ਭਾਵੇਂ ਵੈਸ਼ ਹੈ, ਭਾਵੇਂ ਸ਼ੂਦਰ ਹੈ, ਭਾਵੇਂ ਬ੍ਰਹਮਚਾਰੀ ਹੈ, ਭਾਵੇਂ ਗ੍ਰਸਤੀ ਹੈ, ਭਾਵੇਂ ਮਾਨਪ੍ਰਸਤੀ ਹੈ, ਭਾਵੇਂ ਸੰਨਿਆਸੀ, ਇਹ ਉਪਦੇਸ਼ ਚੌਂ ਵਰਨਾ ਨੂੰ ਚੌਂ ਆਸ਼ਰਨਾ ਨੂੰ ਸਾਂਝਾ ਹੈ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਸਾਡੇ ਨਾਲ ਜੁੜੋ।
ਗੁਰੂ ਜੀ ਨੇ ਫਰਮਾਨ ਕੀਤਾ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀ ਹੈ। ਜਿਨ੍ਹਾਂ ਜਿਨ੍ਹਾਂ ਸੰਤਾਂ ਦੇ ਬਚਨ 'ਤੇ ਪਹਿਰਾ ਦਿੱਤਾ, ਕਿਸ ਉੱਚ ਮਰਾਤਵੇ ਨੂੰ ਪ੍ਰਾਪਤ ਹੋਏ। ਬਾਲਮੀਕ ਲੁਟੇਰਾ ਸੀ, ਡਾਕੂ ਸੀ, ਸੰਤਾਂ ਨੇ ਪ੍ਰਤੀਲੋਮ ਜਾਪ ਦੱਸਿਆ, ਉਲਟ ਜਾਪ ਦੱਸਿਆ, ਰਾਮ ਸ਼ਬਦ ਦੀ ਬਜਾਏ ਮਰਾ ਐਸਾ ਦੱਸਿਆ। ਖੁਸ਼ੀ ਦਾ ਜਾਪ ਉਸਨੇ ਸ਼ਰਧਾ ਨਾਲ ਕੀਤਾ, ਫਲ ਕੀ ਹੋਇਆ, ਸਮਾਂ ਪਾ ਕੇ ਉਹੀ ਬਾਲਮੀਕ ਰਿਸ਼ੀ ਬਣਿਆ। ਤ੍ਰਿਕਾਲਦਰਸ਼ੀ ਹੋਇਆ, ਹਜ਼ਾਰਾਂ ਵਰਸ ਪਹਿਲੇ ਰਾਮਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਇਆ, ਨਿਮਿੱਤ ਅਵਤਾਰ ਹੋਏ, ਜਿਨ੍ਹਾਂ ਨੇ ਰਾਵਣ ਆਦਿ ਨੂੰ ਮਾਰਨਾ ਸੀ, ਇਸ ਨਿਮਿੱਤ ਨੂੰ ਲੈ ਕੇ ਅਵਤਾਰ ਧਾਰਨਾ ਸੀ। ਉਹਨਾਂ ਦੇ ਅਵਤਾਰ ਧਾਰਨ ਤੋਂ ਹਜ਼ਾਰਾਂ ਸਾਲ ਪਹਿਲੇ ਹੀ ਜੋ ਕੁਛ ਕੌਤਕ ਕਰਨੇ ਸੇ ਆਪਣੇ ਇਹ ਸੰਤਾਂ ਦੇ ਬਚਨ 'ਤੇ ਪਹਿਰਾ ਦੇਣ ਦਾ ਫਲ, ਯਾਨੀ ਜਿਨ੍ਹਾਂ ਜਿਨ੍ਹਾਂ ਸੰਤਾਂ ਦੇ ਬਚਨ 'ਤੇ ਪਹਿਰਾ ਦਿੱਤਾ, ਉਹ ਸੰਸਾਰ ਸਮੁੰਦਰ ਤੋਂ ਅਵੱਸ਼ ਹੀ ਨਿਸ਼ਤਾਰੇ ਨੂੰ ਪ੍ਰਾਪਤ ਹੋਏ। ਇਉਂ ਗਣਕਾਂ ਨੇ ਸਤਿਪੁਰਸ਼ਾਂ ਦੇ ਬਚਨਾਂ 'ਤੇ ਪਹਿਰਾ ਦੇਣਾ ਸ਼ੁਰੂ ਕੀਤਾ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵੰਸ਼ ਹੋਤਾ, ਲਿਬ ਲਾਗੀ ਤਿਸਤੋਤੀਆਂ, ਨਿਤ ਪੜ੍ਹਾਏ ਕਰੇ ਅਸੋਤਾ, ਪਤਤ ਉਧਾਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਤੋਤਾ। ਇਉਂ ਗਣਕਾ ਰੋਜ਼ ਹੀ ਤੋਤੇ ਨੂੰ ਸਵੇਰੇ ਉੱਠ ਕੇ ਦਿਨ ਚੜ੍ਹੇ ਤੱਕ ਰਾਮ ਰਾਮ ਕਹਾਉਂਦੀ ਅਤੇ ਕਹਿੰਦੀ ਹੈ। ਸਾਸਨ ਜਿਵੇਂ ਪਰਮੇਸ਼ੁਰ ਦਾ ਨਾਮ ਜਪੇ ਅਤੇ ਪਾਪ ਝੜਦੇ ਹਨ, ਇਸੀ ਤਰ੍ਹਾਂ ਸੁਣੇ 'ਤੇ ਵੀ ਝੜਦੇ ਹਨ। ਸੁਣਤੇ ਪੁਨੀਤ, ਕਹਿਤੇ ਪਵਿੱਤਰ, ਇਉਂ ਹਰ ਦੋਨੋਂ ਤਰੀਕੇ ਸਿਰ ਪਾਪਾਂ ਦੀ ਨਿਵਿਰਤੀ ਹੈ। ਸਾਬਣ ਨੂੰ ਕਿਸੇ ਤਰੀਕੇ ਸਿਰ ਕੱਪੜੇ 'ਤੇ ਲਗਾਓ, ਉਸਨੇ ਮੈਲ ਜ਼ਰੂਰ ਦੂਰ ਕਰਨੀ ਹੈ। ਇਉਂ ਗਣਕਾਂ ਦੇ ਪਾਪ ਦੂਰ ਹੁੰਦੇ ਚਲੇ ਗਏ। ਜਿੰਨੀ ਦੇਰ ਤੱਕ ਮਨ ਮੈਲਾ ਹੈ, ਓਨੀ ਦੇਰ ਤੱਕ ਹੀ ਬੁਰਾਈਆਂ ਨੂੰ ਖਿੱਚ ਖਾਂਦਾ, ਇਹ ਖਿਆਲ ਰਹੇ। ਜਦੋਂ ਮਨ ਸ਼ੁੱਧ ਹੋ ਜਾਏਗਾ, ਬੁਰਾਈਆਂ ਨੂੰ ਖਿੱਚ ਨਹੀਂ ਖਾਏਗਾ, ਇਹਦਾ ਮਨ ਸ਼ਾਂਤ ਹੋ ਜਾਏਗਾ, ਸਹਿਜ ਹੀ ਟਿਕ ਜਾਏਗਾ। ਉਹੀ ਗੱਲਾਂ ਜਿਹੜੀਆਂ ਮਦਰਾ ਮਾਸ ਦੁਰਾ ਚਾਰ ਠੱਗੀ ਆਦਿ, ਜਿਨ੍ਹਾਂ ਨੂੰ ਬੁਰਾ ਕਥਨ ਕੀਤਾ ਗ੍ਰੰਥਾਂ ਸ਼ਾਸਤਰਾਂ ਵਾਲਿਆਂ ਨੇ, ਸਤਿਪੁਰਸ਼ਾਂ ਨੇ, ਜਿਹੜੇ ਇਹਨੂੰ ਮਨ ਮੈਲਾ ਹੋਣ ਕਰਕੇ ਚੰਗੇ ਲੱਗਦੇ ਹਨ, ਜਦੋਂ ਭਜਨ ਕਰਦਿਆਂ ਕਰਦਿਆਂ ਮਨ ਸ਼ੁੱਧ ਹੋ ਜਾਏਗਾ, ਇਹ ਇਸਨੂੰ ਵਿਉਹ ਵਰਗੇ ਲੱਗਣ ਲੱਗ ਜਾਣਗੇ, ਉਹਨਾਂ ਤੋਂ ਇਹਨੂੰ ਨਫ਼ਰਤ ਹੋ ਜਾਏਗੀ। ਸੋ ਕਿਉਂਕਿ ਉਹ ਹਣੀ ਨਫ਼ਰਤ ਯੋਗ, ਇਉਂ ਕਰਕੇ ਮਨ ਸ਼ੁੱਧ ਹੋਣ ਕਰਕੇ ਅਸਲੀਅਤ ਪ੍ਰਾਪਤ ਹੋ ਜਾਏਗੀ। ਹੁਣ ਗਣਕਾ ਦੀ ਮਾਨਸਿਕ ਅਵਸਥਾ ਹੋਰ ਦੀ ਹੋਰ ਹੋ ਗਈ ਹੈ, ਮਨ ਸ਼ੁੱਧ ਹੋ ਗਿਆ। ਜਿਹਨਾਂ ਬੁਰਾਈਆਂ ਵੱਲ ਅੱਗੇ ਮਨ ਦੌੜਦਾ ਸੀ, ਰੰਚਕ ਮਾਤਰ ਨਹੀਂ ਦੌੜਦਾ, ਕੁਦਰਤੀ ਜੀਵਨ ਸ਼ੁੱਧ ਬਣ ਜਾਂਦਾ ਹੈ, ਉਸਨੂੰ ਭਜਨ ਦਾ ਵੀ ਰਸ ਪ੍ਰਾਪਤ ਹੋ ਜਾਂਦਾ। ਰੋਜ਼ ਕਰਦਿਆਂ 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 ਸਾਸਨ ਪਹਿਲੇ ਹੱਠ ਨਾਲ ਕਰਨਾ ਪੈਂਦਾ ਹੈ, ਦੂਸਰਾ ਦਰਜਾ ਸਹਿਜ ਹੋਇਆ ਕਰਦਾ ਹੈ। ਸੋ ਹੱਠ ਨਾਲ ਕੀਤੇ ਬਿਨਾਂ ਸਹਿਜ ਅਵਸਥਾ ਪ੍ਰਾਪਤ ਨਹੀਂ ਹੁੰਦੀ। ਇਸ ਕਰਕੇ ਉਹ ਕਰਦਿਆਂ ਕਰਦਿਆਂ ਉਸਨੂੰ ਸਹਿਜ ਅਵਸਥਾ ਪ੍ਰਾਪਤ ਹੋਗੀ, ਉਹ ਅਵਸਥਾ ਜਿਸ ਦੇ ਵਿੱਚ ਮਨ ਸੋਹਣਾ ਭਜਨ ਵਿੱਚ ਲੱਗ ਜਾਂਦਾ ਹੈ, ਖਿੱਚਣੀ ਬੁਰਾਈਆਂ ਨੂੰ ਖਾਂਦਾ। ਸੋ ਉਹ ਪਰਮ ਸੁਖਦਾਈ ਅਵਸਥਾ ਹੋਇਆ ਕਰਦੀ ਹੈ। ਕਾਫੀ ਸਮਾਂ ਗੁਜ਼ਰ ਗਿਆ, ਮਹਾਤਮਾ ਫਿਰ ਮੁੜ ਕੇ ਨਹੀਂ ਆਏ ਸਾਡੇ ਦੇਸ਼ ਦੇ ਵਿੱਚ, ਯਾਨੀ ਭਾਰਤ ਵਰਸ਼ ਵਿੱਚ। 12 ਮਹੀਨਿਆਂ ਦਾ ਸਾਲ ਜਿੱਥੇ ਹੁੰਦਾ ਹੈ, ਉੱਥੇ 6 ਰੁੱਤਾਂ ਮੰਨੀਆਂ ਜਾਂਦੀਆਂ, 2-2 ਮਹੀਨੇ ਦੀ 1 ਰੁੱਤ ਮੰਨੀ ਜਾਂਦੀ ਹੈ। ਸਾਉਣ ਭਾਦੋਂ ਦਾ ਜਿਹੜਾ ਮਹੀਨਾ ਹੁੰਦਾ ਹੈ, ਉਸਨੂੰ ਬਰਸਾਤ ਦੀ ਰੁੱਤ ਕਿਹਾ ਜਾਂਦਾ ਹੈ। ਉਹਨਾਂ ਰੁੱਤਾਂ ਵਿੱਚ ਪਹਿਲੇ ਸਮਿਆਂ ਵਿੱਚ ਬਹੁਤੀਆਂ ਬਾਰਿਸ਼ਾਂ ਪਿਆ ਕਰਦੀਆਂ ਸਨ।
ਬਾਰਿਸ਼ਾਂ ਦੇ ਪੈਣ ਕਰਕੇ ਮੱਛਰ ਪੁੱਛਰ ਬਹੁਤੀ ਚੁਰਾਸੀ ਭੂਤ ਆ ਜਾਂਦੀ ਹੁੰਦੀ। ਬਾਰਿਸ਼ ਪੈਣੀ ਕੁਛ ਠੰਡ ਹੋ ਜਾਣੀ, ਹਵਾ ਚੱਲਣੀ ਕੁਛ ਠੰਡ ਹੋ ਜਾਣੀ। ਅਗਰ ਹਵਾ ਨਾ ਚੱਲੇ, ਬਾਰਿਸ਼ ਵੀ ਨਾ ਪਵੇ, ਭਾਦੋਂ ਦੇ ਮਹੀਨੇ ਬੜੇ ਵੱਟ ਪੈਂਦੇ ਹੁੰਦੇ, ਬੜਾ ਔਖਾ ਹੋ ਜਾਂਦਾ ਸੀ ਉਦੋਂ। ਜਿਵੇਂ ਅੱਜ ਕੱਲ੍ਹ ਏਅਰ ਕੰਡੀਸ਼ਨ ਵਗੈਰਾ ਹੋਰ ਕਈ ਪੱਖੇ ਹੋ ਗਏ, ਇਹੋ ਜਿਹੇ ਸਾਧਨ ਹੈ ਨਹੀਂ ਸਨ। ਸਵਯੰ ਗਣਕਾਂ ਨੇ ਇੱਕ ਦਿਨ ਤੀਸਰੇ ਪਹਿਰ, ਭਾਦੋਂ ਦਾ ਮਹੀਨਾ ਸੀ, ਉਸ ਤੋਤੇ ਦੇ ਪਿੰਜਰੇ ਬਦਾਮ ਵਗੈਰਾ ਜੋ ਉਸਦੀ ਖੁਰਾਕ ਸੀ ਦਿੱਤੀ, ਪਾਣੀ ਪੂਣੀ ਪਿਲਾਇਆ, ਕੁਦਰਤੀ ਪਿੰਜਰੇ ਦੀ ਬਾਰੀ ਲਾਉਣੀ ਭੁੱਲ ਜਾਂਦੀ। ਸੋ ਰਾਤ ਦੇ ਵੇਲੇ ਫਿਰਦਾ ਫਿਰਦਾ ਇੱਕ ਬੜਾ ਜ਼ਹਿਰੀਲਾ ਸੱਪ, ਗਰਮੀ ਦਾ ਸਤਾਇਆ ਹੋਇਆ, ਕਿਉਂਕਿ ਸੱਪਾਂ ਦੇ ਸਰੀਰ ਵਿੱਚ ਵੈਸੇ ਹੀ ਬਹੁਤੀ ਗਰਮੀ ਹੁੰਦੀ ਹੈ ਜ਼ਹਿਰ ਹੋਣ ਕਰਕੇ। ਸੋ ਗਰਮੀ ਦਾ ਸਤਾਇਆ ਹੋਇਆ ਫਿਰਦਾ ਫਿਰਦਾ ਕੁਦਰਤੀ ਉਸ ਪਿੰਜਰੇ ਦੀ ਖੁੱਲ੍ਹੀ ਬਾਰੀ ਥਾਈਂ ਪਿੰਜਰੇ ਵਿੱਚ ਵੜ ਜਾਂਦਾ ਹੈ ਔਰ ਤੋਤੇ ਨੂੰ ਨਿਗਲ ਜਾਂਦਾ ਹੈ। ਸੱਪ ਦਾ ਸੁਭਾਵ ਹੈ ਜਿਹੜੀ ਚੀਜ਼ ਨੂੰ ਖਾਂਦਾ ਸਾਬਤੀ ਨਿਗਲਿਆ ਕਰਦਾ, ਹੌਲੀ ਹੌਲੀ ਫਿਰ ਉਹਦੇ ਅੰਦਰ ਗਲਤੀ ਹੁੰਦੀ ਹੈ। ਇਹ ਤਰੀਕਾ ਡੱਡੂ ਚੂਹੇ ਆਦਿ ਜਿਹੜਾ ਖਾਂਦਾ ਉਹਦਾ ਐਵੇਂ ਹੁੰਦਾ ਹੁੰਦਾ ਹੈ। ਸਹੀਓ ਕਰਕੇ ਜਿਹੜੇ ਵੱਡੇ ਵੱਡੇ ਅਸਦਹੇ ਦੇਖੇ ਨੇ, ਹਾਥੀਆਂ ਨੂੰ ਵੀ ਖਾ ਜਾਂਦੇ ਹਨ, ਬਹੁਤ ਵੱਡੇ ਵੱਡੇ ਸਰਾਲਾਂ ਜਿਹਨੂੰ ਕਹਿੰਦੇ ਹੁੰਦੇ ਨੇ, ਹਾਥੀ ਦੂਰ ਦੇਖਣਾ, ਛੜਾਕਾ ਮਾਰਨਾ, ਉਹਦੇ ਅੰਦਰ ਆ ਪੈਣਾ, ਬੜੀ ਦੇਰ ਤੱਕ ਅੰਦਰ ਹੀ ਗੜਨਾ ਫਿਰ ਉਸਨੇ। ਇਉਂ ਇਹੋ ਜਿਹੇ ਅਸਦਹੇ ਵੀ ਦੇਖੇ। ਸਹੀਓ ਉਹ ਸੱਪ ਬੜਾ ਜ਼ਹਿਰੀਲਾ ਸੀ, ਉਸਨੇ ਤੋਤੇ ਨੂੰ ਖਾ ਲਿਆ ਆਰਾਮ ਨਾਲ, ਉਸ ਪਿੰਜਰੇ ਵਿੱਚ ਬੈਠਾ, ਉੱਚਾ ਥਾਂ ਸੀ, ਕੁਛ ਹਵਾ ਆਉਂਦੀ ਸੀ। ਉਹਨਾਂ ਸਮਿਆਂ ਵਿੱਚ ਬਿਜਲੀ ਕੋਈ ਸਾਡੇ ਦੇਸ਼ 'ਚ ਨਹੀਂ ਸੀ। ਸੋ ਇਹੋ ਜਿਹੇ ਸਾਧਨ ਨਹੀਂ ਸੀ, ਹੋਰ ਬੱਤੀਆਂ ਕਈ ਤਰੀਕੇ ਸਿਰ ਦੀਵੇ ਦੂਵੇ ਮਚਾ ਕੇ ਰੋਸ਼ਨੀ ਕੀਤੀ ਜਾਂਦੀ ਹੁੰਦੀ ਸੀ। ਗਣਕਾਂ ਨੇ ਇਸ਼ਨਾਨ ਵਗੈਰਾ ਕਰਕੇ ਹਨੇਰੇ ਵਿੱਚ ਹੀ, ਉਹਦਾ ਆਸਣ ਵਿਛਿਆ ਹੁੰਦਾ ਉੱਥੇ ਪਾਸ, ਤੋਤੇ ਦਾ ਪਿੰਜਰਾ ਵੀ ਟੰਗਿਆ ਹੁੰਦਾ, ਆ ਕੇ ਬੈਠ ਕੇ ਚੌਂਕੜਾ ਮਾਰ ਕੇ ਸ਼ੁਰੂ ਕਰ ਦੇਣਾ, ਤੋਤੇ ਨੂੰ ਕਹਿ ਕੇ ਬੋਲ ਰਾਮ ਰਾਮ, ਉਹਨੇ ਛੱਟ ਰਾਮ ਰਾਮ ਬੋਲ ਪੈਣਾ। ਇੱਕ ਵਾਰੀ ਤੋਤੇ ਨੇ ਰਾਮ ਰਾਮ ਕਹਿਣਾ, ਇੱਕ ਵਾਰੀ ਆਪ ਕਹਿਣਾ ਉਸ। ਇਉਂ ਕਹਿੰਦੇ ਸੁਣਦੇ ਪਾਪ ਪਾਤ ਦੂਰ ਹੁੰਦੇ ਚਲੇ ਗਏ। ਅੱਜ ਵੀ ਇਸ਼ਨਾਨ ਕਰਕੇ ਉਹ ਉਸੀ ਥਾਂ ਆਪਣੇ ਆਸਣ 'ਤੇ ਆ ਬੈਠੀ, ਬੈਠ ਕੇ ਆਵਾਜ਼ ਦਿੱਤੀ ਬੋਲ ਰਾਮ ਰਾਮ, ਪਰ ਤੋਤਾ ਨਹੀਂ ਬੋਲਿਆ। ਅੱਗੇ ਰੋਜ਼ਾਨਾ ਪਹਿਲੀ ਆਵਾਜ਼ ਨਾਲ ਬੋਲ ਪੈਂਦਾ ਸੀ, ਪਰ ਅੱਜ ਪਹਿਲਾ ਚਾਂਸ ਹੈ, ਤੋਤਾ ਨਹੀਂ ਬੋਲਿਆ। ਫਿਰ ਕਿਹਾ ਬੋਲ ਰਾਮ ਰਾਮ, ਨਹੀਂ ਬੋਲਿਆ। ਅੰਧੇਰਾ ਸੀ, ਗੁਜ਼ਰੀਦਾ ਨਹੀਂ ਸੀ, ਸੋਚਿਆ ਵੀ ਸ਼ਾਇਦ ਸੁੱਤਾ ਪਿਆ ਹੋਣਾ। ਅੱਗੇ ਪਿੰਜਰਾ ਟੰਗਿਆ ਹੋਇਆ ਸੀ, ਹੱਥ ਗਾਂ ਨੂੰ ਕਰਕੇ ਵੀ ਪਿੰਜਰਾ ਹਿਲਾ ਦਿੱਤਾ ਜਾਏ, ਜਾਗ ਪਏਗਾ। ਸੋ ਗਾਂ ਨੂੰ ਹੱਥ ਕਰਕੇ ਕਿਹਾ ਬੋਲ ਰਾਮ ਰਾਮ, ਬਾਰੀ ਖੁੱਲ੍ਹੀ ਸੀ, ਖੁੱਲ੍ਹੀ ਬਾਰੀ ਥਾਈਂ ਉਸ ਗਣਕਾ ਦਾ ਹੱਥ ਸੱਪ ਦੇ ਸਿਰ ਵਿੱਚ ਜਾ ਕੇ ਲੱਗਦਾ ਹੈ। ਤੇਜ਼ ਜ਼ਬਾਨ ਵਿੱਚੋਂ ਇਹ ਨਿਕਲਿਆ ਬੋਲ ਰਾਮ ਰਾਮ, ਉਸੀ ਵਕਤ ਸੱਪ ਨੇ ਡੰਗ ਮਾਰ ਦਿੱਤਾ। ਸੱਪ ਬੜਾ ਜ਼ਹਿਰੀਲਾ ਸੀ, ਬਸ ਇੰਨਾ ਕਹਿਣ ਦੀ ਦੇਰ ਸੀ, ਤੁਰਤੀ ਉਸਦੀ ਖਾਕ ਬਣ ਜਾਂਦੀ ਹੈ। ਪਰ ਵਕਤੇ ਅਖੀਰ ਚੂੰਕਿ ਰਾਮ ਰਾਮ ਕਹਿੰਦੇ ਉਹਦੇ ਸਰੀਰ ਦਾ ਅੰਤ ਹੋਇਆ, ਛਾਟੀ ਬੈਕੁੰਠਾਂ ਤੋਂ ਬਿਮਾਰ ਆ ਜਾਂਦੇ ਹਨ। ਅਸਥੂਲ ਸਰੀਰ ਇੱਥੇ ਰਹਿ ਜਾਂਦਾ ਹੈ, ਸੂਖਸ਼ਮ ਸਰੀਰ ਦੇ ਸਹਿਜ ਜੀਵ ਨੂੰ ਪਰਲੋਕ ਨੂੰ ਲਿਜਾਇਆ ਜਾਂਦਾ ਹੈ। ਸੋ ਇਹ ਸਾਰੇ ਜਾਣਦੇ ਹਨ, ਜਿਹੜਾ ਉੱਪਰਲਾ ਢਾਂਚਾ ਹੁੰਦਾ, ਇਸ ਨੂੰ ਕੋਈ ਦੱਬਦਾ, ਕੋਈ ਫੂਕਦਾ, ਕੋਈ ਕਿਸ ਨੂੰ ਕਾਂ ਕੁੱਤੇ ਖਾ ਜਾਂਦੇ ਹਨ। ਲੇਕਿਨ ਇਹਦੇ ਅੰਦਰ ਇੱਕ ਹੋਰ ਸਰੀਰ ਹੈ, ਸੂਖਸ਼ਮ ਸਰੀਰ, ਜਿਹਨੂੰ 17 ਤੱਤਾਂ ਦਾ ਲਿੰਗ ਸਰੀਰ ਵੀ ਕਹਿੰਦੇ, ਉਹਦੇ ਸਹਿਜ ਜੀਵ ਆਤਮਾ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਪੁਰਲੋਕ ਨੂੰ ਜਾਂਦਾ ਹੁੰਦਾ ਹੈ। ਉਹ ਸੂਖਸ਼ਮ ਹੋਣ ਕਰਕੇ ਆਮ ਲੋਕਾਂ ਨੂੰ ਦੀਨਾ ਨਹੀਂ ਹੈ, ਲਿਜਾਣ ਵਾਲੇ ਜਿਹੜੇ ਹਨ ਉਹ ਵੀ ਸੂਖਸ਼ਮ ਹੀ ਹੁੰਦੇ ਹਨ। ਕਿਉਂ ਉਸਦੇ ਸੂਖਸ਼ਮ ਸਰੀਰ ਸਹਿਤ ਗਣਕਾਂ ਨੂੰ
ਵਿਮਾਨਾਂ ਵਿੱਚ ਬਿਠਾ ਕੇ ਬੈਕੁੰਠਾਂ ਨੂੰ ਲਿਜਾਇਆ ਗਿਆ। ਬੈਕੁੰਠ ਵਿਮਾਨ ਚੜ ਨਰਕਾਂ ਵਿੱਚ ਨਖਾ ਦਸਗੋਤਾ। ਭਗਤ ਤਰਲੋਚਨ ਜੀ, ਦੋ ਤਰਲੋਚਨ ਹੋਏ ਹਨ। ਇੱਕ ਤਰਲੋਚਨ ਬ੍ਰਾਹਮਣ ਹੋਇਆ ਜਿਸਨੇ ਧੰਨੇ ਨੂੰ ਪੱਥਰ ਦਿੱਤਾ, ਸ਼ਾਲਗ੍ਰਾਮ ਦਿੱਤਾ। ਉਸਨੇ ਆਪਣੀ ਅਟੁੱਟ ਸ਼ਰਧਾ ਨੂੰ ਪਹਿਲੇ ਦਿਨੀ। ਦੂਸਰਾ ਤਰਲੋਚਨ ਬਾਣੀਆ ਹੋਇਆ, ਉਹ ਅਤੇ ਉਹਦੀ ਸੁਪਤਨੀ ਮਾਨੋ ਦੋਵੇਂ ਭਗਤੀ ਦਾ ਅਵਤਾਰ ਸੀ। ਸੋ ਉਸ ਤਰਲੋਚਨ ਤੋਂ ਇੱਕ ਦਫ਼ਾ ਪੁੱਛਿਆ ਗਿਆ, ਭਗਤ ਜੀ ਸੁਣਿਆ ਇਹ ਜੀਵ ਆਤਮਾ ਪਰਮਾਤਮਾ ਦਾ ਪੁੱਤਰ ਹੈ, ਪਰਮਾਤਮਾ ਦਾ ਪੁੱਤਰ ਹੋਣ ਕਰਕੇ, ਆਤਮ ਸ਼ਹਿਜ਼ਾਦਾ ਹੋਣ ਕਰਕੇ ਆਤਮਾ ਅੱਜ ਤੇ ਅਮਰ ਹੈ, ਜਨਮਣ ਦੇ ਚੱਕਰ 'ਚ ਨਹੀਂ ਆਉਣ ਵਾਲਾ, ਇਹਨੂੰ ਕਲੰਕ ਕਿਉਂ ਲੱਗ ਗਿਆ ਹੈ, ਇਹ ਕਿਉਂ ਜਨਮਣ ਦੇ ਚੱਕਰ ਵਿੱਚ ਆਉਂਦਾ ਹੈ। ਇਹ ਸੁਣ ਕੇ ਭਗਤ ਤਰਲੋਚਨ ਜੀ ਕਹਿਣ ਲੱਗੇ, ਇਹ ਵਾਸ਼ਨਾ ਹੈ, ਅਗਿਆਨ, ਮੋਹ ਅਤੇ ਵਾਸ਼ਨਾ, ਇਹ ਤਿੰਨ ਚੀਜ਼ਾਂ ਇਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਔਰ ਨਿਸ਼ਿਧ ਜੋਨੀਆਂ ਵਿੱਚ ਲਿਜਾਂਦੀਆਂ ਹਨ। ਅਗਰ ਤਿੰਨੇ ਨਾ ਹੋਣ, ਕੋਈ ਸ਼ਕਤੀ ਨਹੀਂ ਇਸ ਨੂੰ ਜਨਮ ਮਰਨ ਦੇ ਚੱਕਰ ਵਿੱਚ ਲਿਜਾ ਸਕੇ। ਪਰ ਇਹਨਾਂ ਤਿੰਨਾਂ ਦੀ ਨਿਵਿਰਤੀ ਤਦ ਹੁੰਦੀ ਹੈ, ਮਾਨੁਖ ਦੇ ਮਿਲੇ, ਫਿਰ ਸਤਸੰਗ ਮਿਲੇ, ਮਹਾਂਪੁਰਖਾਂ ਦੀ ਸੰਗਤ ਦੁਆਰਾ ਸਤਸੰਗ ਕਰਦਾ, ਸੇਵਾ ਭਗਤੀ ਕਰਦਾ, ਮਨ ਦੀ ਸ਼ੁੱਧੀ ਦੁਆਰਾ, ਆਤਮ ਗਿਆਨ ਦੁਆਰਾ, ਬ੍ਰਹਮ ਗਿਆਨ ਦੀ ਪ੍ਰਾਪਤੀ ਦੁਆਰਾ ਇਹਦੀਆਂ ਵਾਸ਼ਨਾਵਾਂ ਮੁੱਕ ਜਾਣ ਔਰ ਇਹਦਾ ਮੋਹ ਟੁੱਟ ਜਾਣ, ਫਿਰ ਇਹ ਜਨਮਣ 'ਤੇ ਰਹਿਤ ਹੋ ਜਾਂਦਾ ਹੈ। ਵਾਸਤਵ ਵਿੱਚ ਹੈ ਪਰਮਾਤਮਾ ਦਾ ਪੁੱਤਰ ਹੀ ਜਨਮਣ ਤੋਂ ਰਹਿਤ ਹੀ, ਲੇਕਿਨ ਇਹ ਤਿੰਨ ਗੱਲਾਂ ਹੋਣ ਕਰਕੇ ਇਹ ਵਾਰ ਵਾਰ ਜੰਮਦਾ ਅਤੇ ਮਰਦਾ ਹੈ, ਨਿਸ਼ਿਧ ਜੋਨੀਆਂ 'ਚ ਫਿਰਦਾ ਹੈ। ਫਿਰ ਪੁੱਛਿਆ, ਇਉਂ ਦੱਸੋ ਵੀ ਕਿਸ ਕਿਸ ਵਾਸ਼ਨਾ ਦੇ ਅਨੁਸਾਰ ਕਿਸ ਜੋਨੀ ਵਿੱਚ ਜਾਂਦਾ ਹੈ।
ਉਹਨਾਂ ਨੇ ਇੱਕ ਸ਼ਬਦ ਉਚਾਰਨ ਕਰਕੇ ਆਉਂਦੇ ਸੀ, ਅੰਤਕਾਲ ਜੋ ਲਛਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਸਰਪ ਜੋਨ ਬਲ ਬਲ ਅਵਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵੀਸਰ। ਮਰਨ ਵੇਲੇ ਜਿਹਦਾ ਖਿਆਲ ਧਨ ਵਿੱਚ ਰਹਿ ਗਿਆ, ਦੌਲਤ ਵਿੱਚ ਰਹਿ ਗਿਆ, ਮਾਇਆ ਰੁਪਏ ਆਦਿ ਵਿੱਚ ਰਹਿ ਗਿਆ, ਉਸਨੂੰ ਸ਼ਕਤੀ ਜੋ ਨਹੀਂ ਮਿਲਦੀ ਹੈ, ਕੋਈ ਉਸਨੂੰ ਇਸ ਜੋਨੀ ਤੋਂ ਬਚਾ ਸਕੇ ਤਾਂ ਇਹ ਈਸ਼ਰੀ ਕਾਨੂੰਨ ਹੈ, ਇਸਨੂੰ ਕੋਈ ਵੀ ਭੰਗ ਕਰਨ ਨੂੰ ਸਮਰੱਥ ਨਹੀਂ ਹੈ। ਸੋ ਤਾਂ ਤਾਂ ਕਹਿੰਦੇ ਨੇ ਅਰੀ ਬਾਈ ਗੋਬਿੰਦ ਨਾਮ ਮਤ ਵੀਸਰੇ, ਪਰਮੇਸ਼ੁਰ ਦਾ ਭਜਨ ਨਹੀਂ ਵਿਸਾਰਨਾ ਚਾਹੀਦਾ। ਫਿਰ ਕਹਿੰਦੇ ਅੰਤਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਵੇਸ਼ਵਾ ਜੋਨ ਬਲ ਬਲ ਹੋਤਰੈ। ਬਖਤੇ ਅਖੀਰ ਜੀ ਦਾ ਖਿਆਲ ਇਸਤਰੀ ਇਸਤਰੀ ਦਾ ਆਦਮੀ 'ਚ ਰਹਿ ਜਾਏ, ਉਹਨੂੰ ਵੇਸ਼ਵਾ ਜੋਨ ਨਹੀਂ ਮਿਲਦੀ। ਫਿਰ ਕਹਿੰਦੇ ਹਾਂ ਅੰਤਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੋ ਮਰੇ, ਸ਼ੁਕਰ ਜੋਨ ਬਲ ਬਲ ਅਵਤਰੈ। ਮਰਨ ਵੇਲੇ ਜਿਹਦਾ ਖਿਆਲ ਧੀਆਂ ਪੁੱਤਰਾਂ 'ਚ ਰਹਿ ਜਾਏ, ਉਹਨੂੰ ਸੂਰੀ ਦੀ ਜੋਨ ਮਿਲਦੀ ਹੈ। ਸੂਰੀ ਦੀ ਜੋਨ ਮਿਲ ਕੇ 12 ਬੱਚੇ ਹੁੰਦੇ ਨੇ, ਗੰਦਾ ਖਾਣ ਨੂੰ ਮਿਲਦਾ, ਇਹੋ ਜਿਹੀ ਜੋਨੀ ਪ੍ਰਾਪਤ ਹੁੰਦੀ ਹੈ। ਫਿਰ ਅੱਗੇ ਦੱਸਦੇ ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਬਲ ਬਲ ਅਵਤਰੈ। ਮਰਨ ਵੇਲੇ ਜਿਹਦਾ ਖਿਆਲ ਮਕਾਨਾਂ 'ਚ ਰਹਿ ਜਾ, ਅਗਨੀ ਹਵਾ ਦੇ ਦੋ ਤੱਤਾਂ ਦੇ ਸਰੀਰ ਹੁੰਦੇ, ਭੁੱਖ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਦਾ ਗਲ ਜਿਹੜਾ ਹੁੰਦਾ ਸੂਈ ਦੇ ਨੱਕੇ ਜਿੰਨਾ ਹੁੰਦਾ, ਭੁੱਖਮਣ ਜਿੰਨੀ ਹੁੰਦੀ ਹੈ, ਦੁਖੀ ਹੋ ਕੇ ਮਰਦੇ ਨੇ, ਥਾਂ ਥਾਂ ਰੱਦੀ ਥਾਵਾਂ ਦੇ ਵਿੱਚ ਵਿਚਰਦੇ, ਲੇਰਾਂ ਮਾਰਦੇ ਫਿਰਦੇ ਨੇ, ਤਦੇ ਉਹ ਖੂਨ ਖਾਨ ਪੀਂਦੇ ਨੇ ਲੋਕਾਂ ਦਾ। ਹੋਰ ਜਿਹੜੀ ਅਸਥੂਲ ਚੀਜ਼ ਹੈ ਤਾਂ ਇਹੋ ਜਿਹੇ ਸੂਖਮ ਗਲ ਵਿੱਚ ਹੀ ਲੰਘ ਨਹੀਂ ਸਕਦੀ ਹੈ। ਸੋ ਇਹ ਉਹਨਾਂ ਦੀ ਦੁਰਦਸ਼ਾ ਹੁੰਦੀ ਹੈ। ਇਸ ਵਾਸਤੇ ਦੱਸਦੇ ਹਨ ਅਖੀਰ ਫੈਸਲਾ ਕੀਤਾ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਬਦਤ ਤਰਲੋਚਨ ਅਤੇ ਨਰਮੁਕਤਾ, ਪੀਤਾਂਬਰ ਵਾਂਗ ਕੇ ਹਿਰਦੇ ਵਸੈ। ਮਰਨ ਵੇਲੇ ਜੀ ਦਾ ਖਿਆਲ ਪਰਮੇਸ਼ੁਰ ਦੇ ਨਾਮ ਵਿੱਚ ਰਹਿ ਗਿਆ, ਇਹੋ ਜਿਹਾ ਪੁਰਸ਼ ਵਾਲੀ ਗਤੀ ਪ੍ਰਾਪਤ ਕਰਦੀ ਹੈ, ਬੈਕੁੰਠਾਂ ਨੂੰ ਗਈ। ਭਾਵੇਂ ਕਈ ਗ੍ਰੰਥਾਂ ਵਿੱਚ ਕਥਨ ਕੀਤਾ ਹੈ, ਜਿਹੜੇ ਕਮੌਤ ਮਰਦੇ ਹਨ, ਇਹਨੇ ਸੱਪ ਡਸਿਆਂ ਮਰੇ, ਜ਼ਹਿਰ ਖਾ ਕੇ ਮਰੇ, ਖੂਹ 'ਚ ਡੁੱਬ ਕੇ ਪਾਣੀ 'ਚ ਡੁੱਬ ਕੇ ਮਰੇ, ਇਹਨਾਂ ਇਹਨਾਂ ਕਈ ਮੌਤਾਂ ਦੱਸੀਆਂ ਹਨ। ਪਰਮੇਸ਼ੁਰ ਦਾ ਭਜਨ ਕਰਦੀ ਮਰੀ ਹੈ, ਜਿਸਦਾ ਫਲ ਦੁਰਗਤੀ ਨਹੀਂ ਉਸਨੂੰ ਪ੍ਰਾਪਤ ਹੋਈ, ਉਹ ਸੱਚਖੰਡ ਬੈਕੁੰਠ ਧਾਮ ਨੂੰ ਗਈ ਹੈ। ਗਈ ਬੈਕੁੰਠ ਭਗਵਾਨ ਚੜ੍ਹ ਨਰਕੈ ਵਿੱਚ ਨਾ ਖਾਦ ਸੁਗੋਤਾ। ਇਹ ਕਾਹਦਾ ਫਲ? ਸੰਤਾਂ ਦੀ ਸੰਗਤ ਸੇਵਾ ਅਤੇ ਭਜਨ ਦਾ ਫਲ ਹੈ। ਇਸ ਕਰਕੇ ਹੀ ਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਉਸ ਪ੍ਰੇਮੀ ਨੂੰ ਕਹਿੰਦੇ ਨੇ, ਭਾਈ ਪਹਿਲੇ ਸੰਤਾਂ ਦੀ ਸੰਗਤ ਕਰਨ ਵਾਲਾ ਕਾਂ ਤੋਂ ਬਗਲਾ ਬਣਦਾ ਹੈ, ਬਗਲੇ ਤੋਂ ਫਿਰ ਹੰਸ, ਹੰਸ ਤੋਂ ਫਿਰ ਦੇਵਤਾ ਬਣ ਕੇ ਬੈਕੁੰਠਾਂ ਨੂੰ ਜਾਂਦਾ ਹੈ। ਇਹ ਸੰਤਾਂ ਦੇ ਦਰਸ਼ਨ ਸੰਗਤ ਸੇਵਾ ਦਾ ਫਲ ਹੋਇਆ ਕਰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ, ਸੁਣਿਓ ਮੇਰੇ ਮੀਤਾ ਮੈਂ ਸਾਧੂਆਂ ਦੇ।
ਪਰਬਤ ਪਾਰ ਪਰੇ ਖਲਚਤਰ ਵਿਕੀਤਾ ਅੰਧਲੇ ਤਿਰ ਪੁਣਸੂ ਜਿਆ ਗੁਰੂ ਭੇਟ ਪੁਨੀਤਾ ਮਹਿਮਾ ਸਾਧੂ ਸੰਖੀ ਸੁਨਹੋ ਮੇਰੇ ਮੀਤਾ। ਸੋਇਓ ਕਲ ਜੋ ਆਪਣੇ ਵਿਚਾਰ ਸ਼ੁਰੂ ਹੋਈ ਸੀ ਵੀ ਸੰਤਾਂ ਦੇ ਦਰਸ਼ਨ ਸੰਗਤ ਸੇਵਾ ਦਾ ਕੀ ਫਲ ਹੁੰਦਾ ਹੈ, ਸੋ ਉਹ ਉਦਾਹਰਣ ਦੁਆਰਾ ਅੱਜ ਸਮਾਪਤ ਹੁੰਦੀ ਹੈ। ਗਨਕਾ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋਈ ਜਿਸਨੇ ਕਿਹੋ ਜਿਹੇ ਹੋਰ ਨਰਕਾਂ ਵਿੱਚ ਜਾਣਾ ਸੀ, ਜਮਾਂ ਦੇ ਵੱਸ ਪੈਣਾ ਸੀ, ਬੜੀ ਦੇਰ ਤੱਕ 84 ਦੀਆਂ ਤਕਲੀਫਾਂ ਉਠਾਉਣੀਆਂ ਸਨ, ਪਰ ਉਸਨੂੰ ਜਦੋਂ ਮਹਾਂਪੁਰਖ ਦੀ ਸੰਗਤ ਹੋਈ, ਉਸ ਦੁਆਰਾ ਕੀਤਾ ਭਜਨ, ਸਾਧਸੰਗ ਉਹ ਬੈਕੁੰਠਾਂ ਨੂੰ ਗਈ। ਤਾਂ ਤੇ ਗੁਰੂ ਜੀ ਕਹਿੰਦੇ ਨੇ ਭਾਈ, ਦੁਨੀਆਂ ਦੇ ਵਿੱਚ ਮਾਨਕ ਤਨ ਧਾਰ ਕੇ ਦੁਰਲਭ ਵਸਤੂ ਸਤਸੰਗੀ ਹੈ। ਕਬੀਰ ਸੁੱਧਦਾਰ ਤੁਲਸੀ ਜੀ ਕਹਿੰਦੇ, ਸੁੱਧਦਾਰ ਅਰ ਲਛਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲਭ। ਇਹ ਦੋ ਚੀਜ਼ਾਂ ਦੁਨੀਆਂ 'ਤੇ ਦੁਰਲਭ ਹਨ, ਸੰਤਾਂ ਦੀ ਸੰਗਤ ਅਤੇ ਵਾਹਿਗੁਰੂ ਦਾ ਜਸ। ਤਾਂ ਤੇ ਮਾਨਵ ਤਨ ਧਾਰ ਕੇ ਇਹ ਕਰਨ ਕਰਕੇ ਹੀ ਇਹ ਮਾਨਵ ਤਨ ਸਫਲਾ ਹੁੰਦਾ ਹੈ। ਆਓ, ਤੁਹਾਨੂੰ ਸਿਰਫ 2 ਦਿਨ ਮਿਲੇ ਸਨ, ਇਹੀ ਸਮਾਂ ਇੰਨਾ ਕੁ ਸੀ, ਕਿਉਂਕਿ ਅਗਲਾ ਪ੍ਰੋਗਰਾਮ ਦਿੱਤਾ ਹੋਇਆ ਹੈ, ਕੱਲ੍ਹ ਉੱਥੇ ਪੰਟਰੀ ਜਾਣਾ ਹੈ, ਉੱਧਰ ਅਗਲੇ ਫਿਰ ਨੁਟਿੰਗਮ ਕਨਿੰਗਮ ਵਗੈਰਾ ਇਹੋ ਜਿਹੇ ਟਾਉਣਾਂ ਵਿੱਚ ਵੀ ਸ਼ਾਇਦ ਜਾਣਾ ਪਵੇ। ਸੋ ਦੇਖੋ ਵਾਪਸੀ ਵਿੱਚ ਕਦੋਂ ਇੱਥੇ ਲੰਡਨ ਵਿੱਚ ਆਏ। ਸੋ ਹੁਣ ਸਾਰੀ ਸੰਗਤ ਰੋਜ਼ ਦੇ ਸੁਭਾਅ ਮੁਤਾਬਕ ਪ੍ਰਸ਼ਾਦ ਲੈ ਕੇ ਸ਼ਾਂਤੀ ਨਾਲ ਫਿਰ ਚਾਲੇ ਪਾਉਣ ਦੀ ਖੇਚਲ ਕਰਨੀ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ ਮੇਰੀ ਮਾਏ।
Thank you.
ਵਿਘਨ ਨਕੋ ਲਾਗੈ ਜਾਕੀ ਪ੍ਰਭੂ ਆਗੇ ਅਰਦਾਸ। ਇਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਬਿਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਦਿੱਤੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਕਰਨੋ ਨਿਦ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ। ਤਿਸੇ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ। ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਸਾਹਿਬ ਬੋਲੋ ਜੀਵਾ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਰ ਆਖਾ। ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ। ਭਰੋਸਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਕੀਰਤਨ ਬਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਪੁਰਚੁਕ ਮਾਫ ਕਰਨਾ ਕੇ ਕੀਰਤਨ ਬਖਿਆਨ ਕਰਨ ਦਾ ਬਲ ਬਖਸ਼ੋ। ਇਹ ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਨ
ਸਹੀ ਪਿਆਰੇ ਮਿਲੋ ਜਿੰਨਾ ਮਿਲਿਆ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸਾਜੀ ਨਵਾਜੀ, ਪਰਮ ਸਤਿਕਾਰ ਯੋਗ ਸਾਧ ਸੰਗਤ, ਸਾਨੂੰ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਹੈ ਕਿ ਦੋਨੋਂ ਦਿਨਾਂ ਦੇ ਦੀਵਾਨਾਂ ਦਾ ਅਹਿਸਾਸ ਕਰਕੇ ਸੁਣਾਇਆ ਜਾਵੇ। ਖਰਚੇ ਦਾ ਵੇਰਵਾ ਇਸ ਪ੍ਰਕਾਰ ਹੈ, ਜੋ ਦੋ ਕੋਚੀ ਇੱਕ ਲੁੱਟਣ ਤੋਂ ਇੱਕ ਲਿਸ਼ ਵਰਗ ਤੋਂ ਆ ਰਹੀਆਂ ਸਨ, ਦੋ ਦਿਨ ਪੰਤਾਲੀ ਸੇਵਾ ਦੇ ਵਿੱਚ, ਉਹਨਾਂ ਦੋਨਾਂ ਦਾ ਦੋ ਦਿਨ ਦਾ ਖਰਚਾ 76 ਪਾਉਂਡ ਹੈ, 76 ਪਾਉਂਡ, ਤੇ ਹਾਲ ਦਾ ਕਿਰਾਇਆ ਵਗੈਰਾ ਰਲਾ ਕੇ ਦੋ ਦਿਨਾਂ ਦਾ 10 ਪਾਉਂਡ 50 ਪੈਂਟ, ਇਹ ਸਾਰਾ ਜੋੜ ਖਰਚੇ ਦਾ ਮਿਲਾ ਕਰਕੇ 86 ਪਾਉਂਡ 50 ਪੈਂਟ ਬਣਦਾ ਹੈ, 86 ਪਾਉਂਡ 50 ਪੈਂਟ। ਤੇ ਜੋ ਮਾਇਆ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਗੋਲਕ ਵਾਸਤੇ ਭੇਟਾ ਹੋਈ ਹੈ, ਉਹ ਦੋ ਦਿਨਾਂ ਦਾ ਜੋੜ ਮਿਲਾ ਕਰਕੇ 129 ਪਾਉਂਡ 7 ਪੈਂਟ ਬਣਦੇ ਹਨ, 129 ਪਾਉਂਡ 7 ਪੈਂਟ। ਇਸ ਦੇ ਵਿੱਚੋਂ ਖਰਚਾ ਕਰਕੇ 86 ਪਾਉਂਡ 50 ਪੈਂਟ, ਬਾਕੀ ਜੋ ਮਾਇਆ ਬਚਦੀ ਹੈ ਉਹ ਹੈ 47 ਪਾਉਂਡ 57 ਪੈਂਟ, 43 ਪਾਉਂਡ 57 ਪੈਂਟ। ਹੁਕਮ ਹੋਇਆ ਹੈ ਕਿ ਇਹ ਮਾਇਆ ਜੋ ਬਚੀ ਹੈ ਇਸਦੇ ਗੁਰਦੁਆਰਾ ਸਾਹਿਬ ਵਾਸਤੇ ਬਰਤਨ ਖਰੀਦ ਕਰਕੇ ਦਿੱਤੇ ਜਾਣਗੇ, ਜੋ ਕਿ ਸਾਰੀ ਸੰਗਤ ਗੁਰਦੁਆਰਾ ਦੇ ਗੁਰਦੁਆਰਾ ਸਾਹਿਬ ਦੇ ਵਰਤੋਂ ਕਰ ਸਕੇਗੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ। ਇਸ ਤੋਂ ਅੱਗੇ ਜੋ ਦੀਵਾਨ ਦਾ ਪ੍ਰੋਗਰਾਮ ਹੈ ਉਹ ਗੁਰੂ ਗ੍ਰੰਥ ਹੈ, ਜੋ ਕਿ ਵੀ ਸਮੇਂ ਸਮੇਂ ਦੇ ਕੁਝ ਲਾਭ ਪ੍ਰਾਪਤ ਕਰ ਸਕਦੇ ਹਨ। ਬੜੀ ਅੱਛੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ।